ਆਮ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਸਵਾਗਤ ਹੈ ਕਿਸੇ ਵੀ ਸ਼ਬਦ ਦਾ ਜਿਹੜਾ ਸਬੰਧ ਹੁੰਦਾ ਉਸ ਦੇ ਪਿੱਛੇ ਇੱਕ ਭਾਵ ਚਿੰਤਨ ਹੁੰਦਾ ਕਈ ਵਾਰ ਅਸੀਂ ਲਾਈਨਾਂ ਦੇ ਵਿਚਕਾਰ ਨਹੀਂ ਪੜਦੇ ਤੇ ਅਸੀਂ ਇਉਂ ਸ਼ਬਦ ਦਾ ਇਸਤੇਮਾਲ ਕਰਦੇ ਆ ਕਿ ਉਹ ਆਮ ਜਿਹੀ ਗੱਲ ਹੀ ਹੈ ਇਹ ਗਲਤ ਹੈ ਇਹ ਰੁਝਾਨ ਸਾਡੇ ਅੰਦਰ ਬਹੁਤ ਵੱਧਦਾ ਜਾ ਰਿਹਾ ਹੈ ਅਸੀਂ ਸ਼ਬਦਾਂ ਦੇ ਬਦਲਵੇਂ ਅਰਥ ਜਿਹੜੇ ਹਾ ਉਹ ਨਹੀਂ ਵਿਚਾਰਦੇ ਕਿ ਉਹਨਾਂ ਦੇ ਪਿੱਛੇ ਇੱਕ ਮਾਨ ਸਿੰਘ ਗੁਲਾਮੀ ਕਿਸ ਕਿਸਮ ਦੀ ਹੈ ਉਸ ਦੇ ਬਾਰੇ ਸੁਚੇਤ ਨਹੀਂ ਹੁੰਦੇ ਅੱਜ ਅਜੇ ਹੀ ਹੀ ਗੱਲ ਇਸ ਮੰਚ ਤੇ ਹੋਏਗੀ ਜਿਸ ਗੱਲਬਾਤ ਦੀ ਜਿਹੜੀ ਵਿਚਾਰ ਚਰਚਾ ਸੀ ਕੈਨੇਡਾ ਦੀ ਧਰਤੀ ਤੋਂ ਸ਼ੁਰੂ ਕਰ ਰਹੇ ਹਾਂ ਇੱਥੇ ਅਕਸਰ ਇੱਕ ਸ਼ਬਦ ਵਰਤਿਆ ਜਾਂਦਾ ਸਾਡੇ ਭਾਈਚਾਰੇ ਵਿੱਚ ਵੀ ਬਹੁਤ ਵਰਤਿਆ ਜਾਂਦਾ ਅਸੀਂ ਕੌਣ ਆ ਕੋਈ ਦੱਸਣ ਦੀ ਲੋੜ ਨਹੀਂ ਪਰ ਸਾਡਾ ਸ਼ਬਦ ਜਿਹੜਾ ਵਰਤਾਂਤ ਹੈ ਕਿਸ ਤਰ੍ਹਾਂ ਦਾ ਬਣ ਗਿਆ ਕਿ ਅਸੀਂ ਸੰਬੋਧਨ ਕਰਦੇ ਹਾਂ ਸਾਊਥ ਏਸ਼ੀਅਨ ਭਾਈਚਾਰਾ ਸਾਊਥ ਏਸ਼ੀਅਨ ਭਾਈਚਾਰਾ ਸਾਊਥ ਏਸ਼ੀਅਨ ਭਾਈਚਾਰਾ ਕੀ ਹੈ ਇਹ ਤਾਂ ਮੰਨਿਆ ਕਿ ਅਸੀਂ ਆਪਣੇ ਭਾਈਚਾਰੇ ਦੀ ਜਿਹੜੀ ਵਿਲੱਖਣਤਾ ਉਸ ਨੂੰ ਕਾਇਮ ਰੱਖਦੇ ਬੋਲਦੇ ਆ ਪਰ ਇਹ ਟਰਮ ਜਦੋਂ ਇਸਤੇਮਾਲ ਕਰਦੇ ਆ ਇਹਦੇ ਵਿੱਚ ਕੀ ਕੀ ਜਜ਼ਬ ਹੋ ਰਿਹਾ ਹੈ ਕੀ ਕੀ ਇਹਦੇ ਵਿੱਚ ਲੁਕਿਆ ਹੋਇਆ ਹੈ ਕੁਝ ਤੁਹਾਨੂੰ ਇਹੋ ਜਿਹੀਆਂ ਸਲਾਈਡਸ ਜਿਹੜੀਆਂ ਇਸ ਗੱਲ ਨੂੰ ਬਿਆਨ ਕਰਦੀਆਂ ਉਹ ਵਣਜਾਰਾ 9 ਮਿੰਟ ਤੋਂ ਮਿਲ ਜਾਣਗੀਆਂ ਜਿਨ੍ਹਾਂ ਨੇ ਉਪਰਾਲਾ ਕੀਤਾ ਜਿਦੇ ਵਿੱਚ ਸਾਡਾ ਪਰਸਪੈਕਟਿਵ ਐਕਚੁਅਲ ਕੀ ਹੈ ਕਿ ਇਹ ਜਗਾਉਣਾ ਹਲੂਣਾ ਦੇਣਾ ਕਿ ਅਸਲ ਦੇ ਵਿੱਚ ਆਪਣਾ ਨਾਮ ਆਪਣੀ ਆਈਡੈਂਟੀ ਜਿਹੜੀ ਹੈ ਉਹ ਹਲੂਣਾ ਦੇ ਕੇ ਬਿਆਨ ਕਰਨੀ ਕਿ ਸਾਊਥ ਏਸ਼ੀਅਨ ਨਹੀਂ ਅਸੀਂ ਅਸੀਂ ਆਪਣੇ ਆਪ ਦੇ ਵਿੱਚ ਆਪਣੀ ਵਿਲੱਖਣਤਾ ਨੂੰ ਕਾਇਮ ਰੱਖਦੇ ਆ ਜਿਹੜੀ ਇਹ ਚੀਜ਼ ਹੈ ਸਾਡੇ ਅੰਦਰ ਜਦੋਂ ਆਏਗੀ ਤਾਂ ਅਸੀਂ ਉਸ ਤੋਂ ਆਪਣੀ ਮਾਨਸਿਕ ਗੁਲਾਮੀ ਤੋਂ ਮੁਕਤ ਹੋ ਸਕਾਂਗੇ ਪਰ ਇਹ ਕਿਵੇਂ ਕਿਵੇਂ ਆਉਂਦੀ ਹੈ ਇਹ ਸਾਰੀ ਵਣਜਾਰਾ ਨੂੰ ਮਿਟਦੀ ਵੈਬਸਾਈਟ ਤੇ ਜਾ ਕੇ ਇਸ ਦੀ ਜਾਣਕਾਰੀ ਹੈ ਪਰ ਇਹ ਸ਼ਬਦ ਕਿਹਨੇ ਸ਼ੁਰੂ ਕੀਤਾ ਸਟੀਫਨ ਓਹਨ ਜਿਹੜੇ ਵਿਅਕਤੀ ਨੇ ਕੌਣ ਸੀ ਜਾਂ ਇਹਨਾਂ ਦੇ ਪਿੱਛੇ ਕੀ ਵਰਤਾਨ ਸੀ ਇਸ ਨੂੰ ਅਪਣਾਇਆ ਕਿਵੇਂ ਯੂਨੀਵਰਸਿਟੀਆਂ ਦੇ ਵਿੱਚ ਸਾਊਥ ਏਸ਼ੀਅਨ ਡਿਪਾਰਟਮੈਂਟ ਕਾਇਮ ਕੀਤੇ ਚੇਰਾਂ ਸਥਾਪਿਤ ਕੀਤੀਆਂ ਸਾਊਥ ਏਸ਼ੀਅਨ ਚੇਅਰ ਤੇ ਪੈਸਾ ਕੌਣ ਦੇ ਰਿਹਾ ਜੀ ਲਓ ਸਿੱਖ ਸਾਰੇ ਇਕੱਠੇ ਹੋ ਕੇ ਇਸ ਦੇ ਲਈ ਪੈਸਾ ਦੇ ਰਹੇ ਆ 99% ਉਹਨਾਂ ਦੀ ਕੰਟਰੀਬਿਊਸ਼ਨ ਪਰ ਨਾਂ ਦੇਤਾ ਸਾਊਥ ਏਸ਼ੀਅਨ ਕਿਸੇ ਹੋਰ ਨੇ ਨਹੀਂ ਅਸੀਂ ਖੁਦ ਵੀ ਇਸ ਲਈ ਹੰਗਾਰਾ ਭਰਿਆ ਸਾਡੇ ਜਿਹੜੇ ਆਪਣੇ ਆਪ ਨੂੰ ਆਪਣੇ ਆਪ ਨੂੰ ਵੱਡੇ ਕਿਸੇ ਹੋਰ ਪ੍ਰਸੰਗ ਦੇ ਵਿੱਚ ਜਜ਼ਬ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਆਪਣੀ ਆਈਡੈਂਟੀਟੀ ਤੇ ਆਪਣੀ ਜ਼ੁਬਾਨ ਤੇ ਆਪਣੀ ਪਛਾਣ ਤੇ ਮਾਣ ਨਹੀਂ ਹੈ ਨਾ ਉਹ ਫਿਰ ਆਪਣੀ ਹੀਣ ਭਾਵਨਾ ਦੇ ਕਾਰਨ ਕਿਸੇ ਹੋਰ ਧਿਰ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਰਾਹਤ ਮਹਿਸੂਸ ਕਰਦੇ ਨੇ بڑے ਲੋਕ ਨੇ ਇਹੋ ਜਿਹੜੇ ਕਹਿਣਗੇ ਜੀ ਤੁਸੀਂ ਆਪਣੇ ਆਪ ਨੂੰ ਸਿੱਖ ਕਿਉਂ ਕਹਿੰਦੇ ਹੋ ਜੀ ਤੁਸੀਂ ਸਿੱਖ ਨਾ ਕਹੋ ਤੁਸੀਂ ਇੰਡੀਅਨ ਕਹੋ ਤੁਸੀਂ ਇੰਡੀਅਨ ਵੀ ਨਾ ਕਹੋ ਤੁਸੀਂ ਸਾਊਥ ਏਸ਼ੀਅਨ ਕਹੋ ਤੇ ਫਿਰ ਤਾਂ ਕੋ ਮੰਤਰੀ ਇੰਟਰਨੈਸ਼ਨਲੀ ਕਹੋ ਫਿਰ ਇੰਨਾ ਕਾਨੂੰ ਕਿਹੜਾ ਫਿਰ ਤਾਂ ਸਾਰਾ ਜਹਾਨ ਮੇਰਾ ਕਿਸ ਨੂੰ ਕਹਾ ਪਰਾਇਆ ਕਿਸ ਨੂੰ ਕਹਾ ਮੈਂ ਆਪਣਾ ਹਰ ਹਰ ਜਾਤ ਸਭ ਆਦਮੀ ਦੀ ਇੱਕ ਖਾਨਦਾਨ ਮੇਰਾ ਤੇ ਫਿਰ ਤਾਂ ਅਸੀਂ ਗੱਲ ਹੀ ਖਤਮ ਕਰ ਦਈਏ ਪਰ ਜਿਹੜੀ ਉਸ ਦੇ ਪਿੱਛੇ ਮਾਨਸਿਕ ਗੁਲਾਮੀ ਹੈ ਉਸ ਤੋਂ ਸੁਚੇਤ ਕਿਵੇਂ ਹੋਣਾ ਹੈ ਅਸਲ 'ਚ ਇਹਨਾਂ ਗੱਲਾਂ ਦੀ ਜਿਹੜੀ ਪ੍ਰਸੰਗ ਕਿਵੇਂ ਘੜੇ ਜਾਂਦੇ ਨੇ ਕਿਉਂ ਘੜੇ ਜਾਂਦੇ ਨੇ ਕੀ ਨੁਕਸਾਨ ਕਰਦੇ ਨੇ ਅਗਲੀਆਂ ਪੀੜ੍ਹੀਆਂ ਲਈ ਕੀ ਕੁਝ ਹੋ ਰਿਹਾ ਹੈ ਜੇ ਨਾਸਚੇਤ ਹੋਏ ਕੀ ਕੀ ਖੁੰਝ ਜਾਏਗਾ ਸਾਡੇ ਕੋਲੇ ਖਸ ਜਾਏਗਾ ਇਹ ਸਾਰਾ ਕੁਝ ਜਿਹੜਾ ਹੈ ਜਾਨਣਾ ਬੜਾ ਜ਼ਰੂਰੀ ਹੈ ਸਾਊਥ ਏਸ਼ੀਅਨ ਹੋਣਾ ਉਸ ਨੂੰ ਬਿਆਨ ਕਰਨਾ ਇਹ ਟੈਕਨੋਲੋਜੀ ਜਿਹੜੀ ਸ਼ਬਦਾਵਲੀ ਹੈ ਇਹ ਕੱਲੀ ਨਹੀਂ ਹੈ ਇਹੋ ਜੇ ਬਹੁਤ ਸ਼ਬਦ ਨੇ ਅਸੀਂ ਕਿੰਨੇ ਸ਼ਬਦ ਇਸਤੇਮਾਲ ਕਰਦੇ ਆ ਅਸੀਂ ਜਦੋਂ ਆਪਣੇ ਇਤਿਹਾਸ ਦੇ ਬਾਰੇ ਵੀ ਗੱਲ ਕਰਦੇ ਆ ਇੱਥੇ ਭਾਈ ਸ਼ਬਦ ਵਰਤਦੇ ਸੀ ਜਿੰਨੇ ਗਦਰੀ ਬਾਬੇ ਇੱਕ ਦੂਜੇ ਨੂੰ ਸੰਬੋਧਨ ਕਰਦੇ ਪਰ ਇੱਕ ਖਾਸ ਕਿਸਮ ਦਾ ਲਾਣਾ ਆਇਆ ਉਸਨੇ ਇਤਿਹਾਸ ਨੂੰ ਵਿਗਾੜਿਆ ਭਾਈ ਸ਼ਬਦ ਖਤਮ ਹੋ ਗਿਆ ਤੇ ਉਹ ਸ਼ਬਦ ਦੀ ਥਾਂ ਤੇ ਸਾਥੀ ਸ਼ਬਦ ਨਹੀਂ ਥਾਂ ਲੈ ਲਈ ਭਾਈ ਸ਼ਬਦ ਲਬਦਾ ਨਹੀਂ ਹੈ ਫਿਰ ਨਾਮਾਂ ਦੇ ਵਿੱਚੋਂ ਸਿੰਘ ਹਮੇਸ਼ਾ ਵਰਤਿਆ ਜਾਂਦਾ ਸੀ ਇਹ ਸਾਡੇ ਪੁਰਾਣੇ ਜਿੰਨੇ ਗਦਰੀ ਬਾਬੇ ਆ ਬਜ਼ੁਰਗਾ ਉਹਨਾਂ ਦਾ ਨਾਮ ਲਓ ਭਾਈ ਭਾਗ ਸਿੰਘ ਜੀ ਭਾਈ ਮੇਵਾ ਸਿੰਘ ਜੀ ਭਾਈ ਬਲਵੰਤ ਸਿੰਘ ਜੀ ਭਾਈ ਬਦਨ ਸਿੰਘ ਜੀ ਭਾਈ ਈਸ਼ਰ ਸਿੰਘ ਜੀ ਕਿਹੜੇ ਕਿਹੜੇ ਨਾਮ ਨੇ ਪਰ ਸਾਡੇ ਉੱਥੇ ਖੜ ਕੇ ਅਸੀਂ ਕੀ ਕੀਤਾ ਆਪਣਾ ਗੋਤ ਰੱਖ ਲਿਆ ਮੁੱਢਲਾ ਨਾਂ ਰੱਖ ਲਿਆ ਵਿੱਚੋਂ ਸਿੰਘ ਤੇ ਘਰ ਉਡਾ ਦਿੱਤਾ ਇਹ ਸਾਡੀ ਸੋਚ ਹੈ ਸਾਡੇ ਲੇਖਕਾਂ ਦੀ ਵੀ ਸੋਚ ਹੈ ਫਿਰ ਅਗਲੀ ਗੱਲ ਇਤਿਹਾਸ ਦੇ ਵਿੱਚ ਬਿਰਤਾਂਤ ਚੱਲਦੇ ਨੇ ਕੈਨੇਡਾ ਦੀ ਧਰਤੀ ਤੇ ਜਿਸ ਜਹਾਜ਼ ਨੂੰ ਮੋੜਿਆ ਗਿਆ ਉਸ ਦਾ ਇਤਿਹਾਸ ਹੈ ਉਸ ਦੀ ਲਈ ਮਾਫੀਆਂ ਹੋਈਆਂ ਉਹ ਜਹਾਜ਼ ਦਾ ਨਾਂ ਕੀ ਸੀ ਉਸ ਦਾ ਨਾਂ ਪ੍ਰਚਲਿਤ ਕੀ ਕੀਤਾ ਗਿਆ ਜਿਵੇਂ ਸਾਊਥ ਏਸ਼ੀਆਨ ਭਾਈਚਾਰੇ ਦੀ ਗੱਲ ਕਰਦੇ ਆ ਤੁਸੀਂ ਅੱਗੇ ਜਾ ਕੇ ਦੇਖੋਗੇ ਸਾਊਥ ਏਸ਼ੀਆਨ ਭਾਈਚਾਰੇ ਤੋਂ ਜੇ ਸਾਡਾ ਸਿੱਖ ਭਾਈਚਾਰਾ ਕੱਢ ਲਿਆ ਜਾਏ ਤਾਂ ਬਾਕੀ ਕੀ ਬਚੇਗਾ ਦਿਖਿਓ ਪਰ ਅਫਸੋਸ ਹੈ ਕਿ ਉਹ ਜਹਾਜ਼ ਦਾ ਨਾਂ ਬਾਬਾ ਗੁਰਦੇਵ ਸਿੰਘ ਜੀ ਨੇ ਰਜਿਸਟਰ ਕਰਾਇਆ ਸੀ ਕਾਨੂੰਨੀ ਤੌਰ ਤੇ ਗੁਰੂ ਨਾਨਕ ਜਹਾਜ਼ ਤੇ ਜਿਹੜੀ ਕੰਪਨੀ ਸੀ ਜਿਹਦੇ ਅੰਡਰ ਰਜਿਸਟਰ ਕਰਾਇਆ ਸੀ ਉਹਦਾ ਨਾਂ ਸੀ ਗੁਰੂ ਨਾਨਕ ਸਟੀਮ ਸ਼ਿਪ ਕੰਪਨੀ ਤੇ ਉਹ ਜਹਾਜ਼ ਨੂੰ ਕੀ ਕਿਹਾ ਗਿਆ ਕਿਤੇ ਗੁਰੂ ਨਾਨਕ ਜਹਾਜ਼ ਨਹੀਂ ਇੱਕੋ ਹੀ ਕਵਾ ਘਟਾ ਮਾਰੂ ਇਹ ਵੀ ਨਹੀਂ ਕਿ ਇਤਿਹਾਸ ਨੂੰ ਅਸੀਂ ਸਹੀ ਢੰਗ ਨਾਲ ਬਿਆਨਣ ਦੇ ਲਈ ਜੇ ਮਾੜੀ ਮੋਟੀ ਬੇਈਮਾਨੀ ਵੀ ਕਰਨੀ ਹੈ حساب ਨਾਲ ਕਰ ਲਈਏ ਕਿਵੇਂ ਕਿ ਗੁਰੂ ਨਾਨਕ ਜਹਾਜ਼ ਲਿਖ ਕੇ ਬਰੈਕਟ ਚ ਲਿਖ ਦਿਓ ਕਾਮਾਗਾਠਾ ਮਰੂ ਚਲੋ ਮੰਨਿਆ ਕਿਸ ਨੂੰ ਪਤਾ ਲੱਗ ਜਾਈਗਾ ਦੱਸਿਆ ਜਾਣਾ ਜੋ ਤੁਸੀਂ ਚਾਹੋਨੇ ਹੋ ਪਰ ਏਡੀ ਜ਼ਿਆਦਾ ਅਣਗੇਲੀ ਨਾ ਕਹੋ ਬਲਕਿ ਇਸ ਦੇ ਪਿੱਛੇ ਇੱਕ ਗੁਲਾਮੀ ਦਾ ਵਰਤਾਨ ਹੈ ਕਿ ਜੇ ਅਸੀਂ ਗੁਰੂ ਨਾਨਕ ਜਹਾਜ਼ ਕਹਿ ਦੁੱਤਾ ਪਤਾ ਨਹੀਂ ਜਗੋ ਤੇਰਵੀ ਹੋ ਜਾਏਗੀ ਕੀ ਹੋ ਜਾਏਗਾ ਕੀ ਗੁਰੂ ਨਾਨਕ ਦਾ ਜਿਹੜਾ ਅਮਰੀਲਾ ਉਹਨਾਂ ਦੀ ਛਤਰ ਸ਼ਾਏ ਛੋਟੀ ਹੈ ਉਸ ਦੇ ਅੰਦਰ ਤਾਂ ਸਾਰੇ ਆ ਜਾਂਦੇ ਨੇ ਖੱਤਰੀ ਬ੍ਰਾਹਮਣ ਸ਼ੂਤ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਪਰ ਨਹੀਂ ਸਾਡੀ ਸੋਚ ਹੈ ਇਹੋ ਜਿਹੇ ਲੋਕਾਂ ਨੇ ਸਾਊਥ ਏਸ਼ੀਆਨ ਸ਼ਬਦ ਨੂੰ ਇੰਨਾ ਪ੍ਰਚਲਿਤ ਕਰ ਦਿੱਤਾ ਪਰ ਇਹ ਦੇਣ ਇਹਨਾਂ ਲੋਕਾਂ ਦੀ ਨਹੀਂ ਸੀ ਦੇਣ ਕਿਸੇ ਹੋਰ ਦੀ ਸੀ ਕਿਵੇਂ ਸ਼ੁਰੂ ਹੋਇਆ ਕਿਵੇਂ ਅਸੀਂ ਜਜ਼ਬ ਹੋ ਗਏ ਤੇ ਜੇ ਸੁਚੇਤ ਨਾ ਹੋਏ ਤਾਂ ਕੀ ਹੋਏਗਾ ਜਾਗਰੂਕ ਕਿਵੇਂ ਹੋ ਸਕਦੇ ਆ ਇਹਨਾਂ ਸਾਰੇ ਪੱਖਾਂ ਨੂੰ ਬਰਜਾਰਾ 9 ਮਿੰਟ ਦੇ ਸੰਸਥਾ ਦੀ ਸੰਸਥਾਪਕ ਸਾਡੇ ਵੀਰ ਰਾਜ ਸਿੰਘ ਪੰਡਾਲ ਲੈ ਕੇ ਅੱਜ ਸਾਡੇ ਮੰਚ ਤੇ ਨੇ ਜਿਹੜੇ ਮੌਜੂਦਾ ਸਮੇਂ ਦੀ ਗੱਲ ਵੀ ਕਰਨਗੇ ਭਵਿੱਖ 'ਚ ਜਿਹੜੇ ਸਾਡੇ ਕੁਮੰਤਰੀ ਵਿਦਿਆਰਥੀ ਆ ਰਹੇ ਨੇ ਜਿਹੜੇ ਕਿ ਇਸ ਗੁਲਾਮੀ ਦੇ ਵਿੱਚ ਕਿ ਸ਼ਾਇਦ ਸਾਊਥ ਏਸ਼ੀਅਨ ਕਹਿਣ ਨਾਲ ਅਸੀਂ ਬਹੁਤ ਵੱਡੇ ਹੋ ਜਾਾਂਗੇ ਆਪਣਾ ਜੇ ਅਸੀਂ ਆਪਣੇ ਆਪ ਨੂੰ ਆਪਣੇ ਵਿਰਸੇ ਨਾਲ ਜੋੜ ਲਿਆ ਸ਼ਾਇਦ ਛੋਟੇ ਹੋ ਜਾਾਂਗੇ ਉਹ ਜਿਹੜੇ ਕੰਡੇ ਅੱਗੇ ਬੀਜੇ ਜਾਣੇ ਆ ਉਹਨਾਂ ਨੂੰ ਵੀ ਸਾਨੂੰ ਹੀ ਚੁਗਣਾ ਪੈਣਾ ਉਸ ਬਾਰੇ ਵੀ ਸੁਚੇਤ ਕਰਨਗੇ ਸੋ ਸਭ ਤੋਂ ਪਹਿਲਾਂ ਰਾਜ ਸਿੰਘ ਜੀ ਜੀ ਆਨੂੰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਦੇਣ ਲਈ ਧੰਨਵਾਦ ਜੀ ਤੁਹਾਨੂੰ ਵਧਾਈ ਦੇਣੀ ਬਣਦੀ ਹੈ ਕਿ ਇਹ ਜਿਹੜਾ ਸਾਊਥ ਏਸ਼ੀਅਨ ਸ਼ਬਦ ਹੈ ਜਦੀ ਚਰਚਾ ਤੁਸੀਂ ਛੇੜੀ ਹੈ ਇਸ ਦੇ ਬਾਰੇ ਬਹੁਤ ਵਿਸਤਾਰ ਚ ਗੱਲ ਕੀਤੀ ਹੈ ਪਰ ਸਾਨੂੰ ਪਤਾ ਲੱਗਿਆ ਕਿਸੇ ਮਿਜ਼ੀਅਮ ਦੀ ਚਰਚਾ ਸ਼ੁਰੂ ਹੋਈ ਸੀ ਉਸ ਵੇਲੇ ਉਹਦਾ ਨਾਮ ਰੱਖਣ ਦੀ ਗੱਲ ਚੱਲੀ ਤੇ ਉਸ ਦੇ ਵਿੱਚ ਕੁਝ ਆਪਣੇ ਵਰਗੇ ਵਿਚਾਰਧਾਰਕ ਸੋਚ ਵਾਲੇ ਲੋਕ ਜਿਹੜੇ ਸਨ ਉਹ ਇਸ ਗੱਲ ਤੇ ਖੜੇ ਵੀ ਹੋ ਗਏ ਵੀ ਨਹੀਂ ਇਹ ਗਲਤ ਹੈ ਜੀ ਜੀ ਸੋ ਉਹ ਪਹਿਲਾਂ ਅਸੀਂ ਚਾਹਾਂਗੇ ਕਿ ਥੋੜਾ ਜਿਹਾ ਇਸ ਤੇ ਰੌਸ਼ਨੀ ਪਾਓ ਕਿ ਅਸਲ ਚ ਹੋਇਆ ਕੀ ਜੀ ਜੀ ਇਹ ਜਿਹੜਾ ਲਫ਼ਜ਼ ਹੈ ਨਾ ਕੋਈ ਨਵਾਂ ਲਫ਼ਜ਼ ਤਾਂ ਵੈਸੇ ਹੈ ਨਹੀਂਗਾ ਜੀ ਪਿਛਲੇ ਕਾਫੀ ਸਾਲਾਂ ਤੋਂ ਵਰਤ ਹੋ ਰਿਹਾ ਸ਼ਾਇਦ 1960 ਦੇ ਦੌਰਾਨ ਇੱਕ ਪੀ ਕੋਹਨ ਹੁੰਦੇ ਸੀਗੇ ਇਕਨੋਮਿਸਟ ਅਮਰੀਕਾ ਤੋਂ ਉਹਨਾਂ ਨੇ ਪੌਪੂਲਰਾਈਜ਼ ਕੀਤਾ ਇਹ ਹਮ ਸੋ ਮੈਂ ਇਹਨੂੰ ਇਦਾਂ ਦੇਖਦਾ ਹੁੰਨਾ ਵੀ ਸ਼ਾਇਦ ਜਦੋਂ ਆਪਣੇ ਬ੍ਰਿਟਿਸ਼ਰ ਉਸ ਕੰਟੀਨੈਂਟ ਚੋਂ ਬਾਹਰ ਗਏ ਉਹਨਾਂ ਨੇ ਜਿਹੜੀਆਂ ਆਪਣੀਆਂ ਚੰਗੀਆਂ ਤੇ ਮਾੜੀਆਂ ਚੀਜ਼ਾਂ ਲੁਕੋਣੀਆਂ ਜਾਂ ਦਿਖਾਉਣੀਆਂ ਸੀਗੀਆਂ ਉਹਨਾਂ ਲਈ ਇੱਕ ਉਹਨਾਂ ਨੇ ਨਵੀਂ ਫਿਲੇਟ ਤਿਆਰ ਕੀਤੀ ਰੈਦਰ ਦੈਨ ਈਸਟ ਇੰਡੀਅਨ ਉਹ ਜਿਹੜੇ ਬਾਕੀ ਨਾਮ ਨਾਲ ਆਪਾਂ ਨੂੰ ਜਾਣਿਆ ਜਾਂਦਾ ਸੀ ਉਹਨਾਂ ਨੂੰ ਇੱਕ ਪੋਚਾ ਮਾਰ ਕੇ ਇੱਕ ਨਵੀਂ ਟਰਮ ਦਿੱਤੀ ਇੱਕੇ ਦਾ ਇਹ ਵੀ ਕਾਰਨ ਹੈ ਕਿ ਜਿਹੜੇ ਜਿਹੜੇ ਆਪਣਾ ਵਪਾਰ ਕਰਨਾ ਚਾਹੁੰਦੇ ਆ ਜਾਂ ਜਿਹੜੇ ਆਪਣੇ ਪੋਲਿਟਿਕਸ ਨੇ ਉਹਨਾਂ ਨੂੰ ਇਥੋਂ ਕਾਫੀ ਫਾਇਦਾ ਹੁੰਦਾ ਇਹਦੇ ਚੋਂ ਨਾ ਦੋਨੋਂ ਪਾਸੇ ਹਣਾ ਸੋ ਉਹ ਹੋ ਸਕਦਾ ਵੀ ਉਸ ਖਿੱਤੇ ਨੂੰ ਇਕੱਠੇ ਕਰਨ ਲਈ ਬਈ ਜਦੋਂ ਆਪਾਂ ਸਮਾਨ ਜ਼ਿਆਦਾ ਵੇਚਣਾ ਹੋਵੇ ਫਿਰ ਜ਼ਿਆਦਾ ਨੂੰ ਇਕੱਠੇ ਕਰ ਲਓ ਉੱਥੇ ਪੋਸਿਬਿਲਿਟੀ ਹੈਗੀ ਆ ਬਈ ਉਹ ਉਹਦੀ ਜ਼ਿਆਦਾ ਰੇਟ ਆਫ ਰਿਟਰਨ ਆ ਸਕਦੇ ਨੇ ਪਰ ਜਿਹੜਾ ਤੁਸੀਂ ਸਵਾਲ ਕੀਤਾ ਸੀ ਉਹ ਉਹ ਇਹ ਸੀਗਾ ਬਈ ਇੱਕ ਫਰੀ ਜਾਂ ਫ੍ਰੀਜ਼ਰ ਵਾਲੀ ਚੱਲੋ ਕਹ ਲੋ ਗ੍ਰੇਟਰ ਵੈਂਕੂਵਰ ਚ ਇੱਕ ਮਿਊਜ਼ੀਅਮ ਬਣਨ ਜਾ ਰਿਹਾ ਉਹਦਾ ਨਾਮ ਸਾਊਥ ਏਸ਼ੀਅਨ ਰੱਖ ਹੋਣ ਲੱਗਾ ਸੀਗਾ ਜਿਹੜਾ ਕਿ ਮੈਨੂੰ ਪਤਾ ਲੱਗਾ ਵੀ ਹਾਲ ਦੀ ਘੜੀ ਕੈਨਸਲ ਹੋ ਚੁੱਕਾ ਉਹ ਉਹਦੇ ਵਿੱਚ ਸਾਨੂੰ ਵੀ ਸੱਦਿਆ ਗਿਆ ਕਿਉਂਕਿ ਸਾਡੇ ਕੋਲ ਕਲੈਕਸ਼ਨ ਹੈ ਅਸੀਂ ਸਾਡੀ ਗੱਲਬਾਤ ਹੋਈ ਸੀ ਇੱਕ ਪ੍ਰੋਫੈਸਰ ਸਾਹਿਬ ਨਾਲ ਅਸੀਂ ਕਹ ਜੀ ਜੇ ਇਹ ਬਣੇਗਾ ਸਾਂਝਾ ਮਿਊਜ਼ੀਅਮ ਤੇ ਅਸੀਂ ਐਜ਼ ਅ ਸਿੱਖ ਕੁਝ ਚੀਜ਼ਾਂ ਤੁਹਾਨੂੰ ਦਵਾਂਗੇ ਬਹੁਤ ਪਰ ਜਿਹੜੀ ਸਾਡੀ ਉਹ ਗੱਲਬਾਤ ਦੇ ਦੌਰਾਨ ਉਹ ਜਿਹੜਾ ਸਵਾਲ ਉੱਠਿਆ ਮੈਂ ਕਿਹਾ ਜੀ ਵੀ ਤੁਸੀਂ ਇਹ ਦੱਸੋ ਵੀ ਉਹਦਾ ਨਾਮ ਕੀ ਹੋਏਗਾ ਉਹ ਕਹਿੰਦਾ ਜੀ ਨਾਮ ਦਾ ਕੀ ਆ ਸਮਾਨ ਦੇਖੋ ਕੀ ਪਿਆ ਮੈਂ ਕਿਹਾ ਜੀ ਗੱਲ ਤਾਂ ਨਾਮ ਤੋਂ ਸ਼ੁਰੂ ਹੁੰਦੀ ਆ ਮੇਰੇ ਨਾਮ ਤੋਂ ਮੇਰੀ ਕਹਾਣੀ ਸ਼ੁਰੂ ਹੋਣੀ ਆ ਮੇਰੇ ਨਾਮ ਤੋਂ ਮੇਰੇ ਪਿਤਾ ਦਾ ਪਤਾ ਲੱਗਣਾ ਮੇਰੀ ਮਾਤਾ ਦਾ ਇਦਾਂ ਬੱਚਿਆਂ ਦਾ ਸੋ ਨਾਮ ਤਾਂ ਬਹੁਤ ਜ਼ਰੂਰੀ ਹੈ ਜੀ ਔਰ ਐਸੀ ਸ਼ਬਦ ਵਾਲੇ ਲੋਕ ਆ ਔਰ ਐਸੀ ਸ਼ਬਦ ਪੜਦੇ ਵੀ ਆ ਤੇ ਸ਼ਬਦਾਂ ਦੇ ਪਿੱਛੇ ਜੋ ਲਿਖਿਆ ਹੋਇਆ ਉਹ ਉਹ ਉਹਨੂੰ ਵੀ ਦੇਖਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕੰਟੀਨਿਊਸਲੀ ਹਮਮ ਖੈਰ ਉਹ ਐਫ ਐਫ ਯੂ ਦੇ ਕੈਂਪਸ ਡਾਊਨ Town ਉਹ ਮੀਟਿੰਗ ਹੋਈ 130 ਉੱਥੇ 1 ਕੋ ਸੋਚ ਦੇ ਬੰਦੇ ਸੀਗੇ ਜਿਨ੍ਹਾਂ ਚੋਂ ਐਸੀ ਸ਼ਾਇਦ ਬਾਹਰਲੇ ਸੀਗੇ ਜੀ ਦੋ ਜਾਣੇ ਨਾ ਸੋ ਜਦੋਂ ਅਸੀਂ ਉੱਥੇ ਬੈਠੇ ਤੇ ਸਾਡੇ ਮਿੱਤਰ ਨੇ ਜੈਸੀ ਦਸਾਂ ਜੋ ਲਾਇਰ ਨੇ ਹਿਊਮਨ ਰਾਈਟ ਤੇ ਉਹਨਾਂ ਦੇ ਥਰੂ ਮੈਂ ਸਵਾਲ ਕਰਵਾਇਆ ਕਿ ਇਹਨਾਂ ਨੂੰ ਪੁੱਛੋ ਕਿ ਜੇ ਤੁਸੀਂ ਹੁਣੀ ਚਾਈਨਿਸ ਮਿਊਜ਼ੀਅਮ ਬਣਿਆ ਜਿਹੜਾ ਉਹਦਾ ਨਾਮ ਈਸਟ ਏਸ਼ੀਆਨ ਮਿਊਜ਼ੀਅਮ ਨਹੀਂ ਰੱਖਿਆ ਕਿਉਂਕਿ ਜੇ ਤੁਸੀਂ ਰੱਖ ਦਿੰਦੇ ਤਾਂ ਜਿਹੜੇ ਲਾਓਸ ਐ ਇੰਡੋਨੇਸ਼ੀਆ ਤੇ ਦੂਜੇ ਮੁਲਕ ਨੇ ਉਹ ਉਹਦੇ ਵਿੱਚ ਸ਼ਾਮਲ ਹੋ ਜਾਣੇ ਸੀਗੇ ਪਰ ਤੁਸੀਂ ਨਹੀਂ ਰੱਖਿਆ ਫਿਰ ਜੇ ਤੁਸੀਂ ਉੱਥੇ ਨਹੀਂ ਇਹ ਕਰ ਰਹੇ ਫਿਰ ਇੱਥੇ ਤੱਕਾ ਕਿਉਂ ਹੋ ਰਿਹਾ ਕਿ ਇੱਕ ਜਿਹੜਾ ਮੁਸਲਮਾਨ ਆ ਭਰਾ ਸਾਡਾ ਇੱਕ ਹਿੰਦੂ ਵੀਰ ਹੈ ਇੱਕ ਸਿੱਖ ਹੈ ਇੱਕ ਏਥੀਅਪੀਆਸ ਤੇ ਜਿਹੜਾ ਰੱਬ ਨੂੰ ਨਹੀਂ ਵੀ ਮੰਨਦਾ ਉਸ ਖਿੱਤੇ 'ਚੋਂ ਆਇਆ ਹੋਇਆ ਤੁਸੀਂ ਉਹਨਾਂ ਸਾਰਿਆਂ ਨਾਲ ਤੱਕਾ ਕਿਉਂ ਕਰ ਰਹੇ ਹੋ ਕਿ ਉਹਨਾਂ ਨੂੰ ਇੱਕ ਬਲੈਂਕਟ ਟਰਮ ਦੇ ਰਹੇ ਹੋ ਜਿਹੜੀ ਰੈਸਿਸਟ ਟਰਮ ਆ ਸਾਡੇ ਸਾਡੇ ਖਿਆਲ ਨਾਲ ਇੱਕ ਡਿਵਾਈਸਿਵ ਟਰਮ ਆ ਇਹ ਔਰ ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਵੀ ਜਦੋਂ ਸਾਡੇ ਬੱਚੇ ਸਾਨੂੰ ਆ ਕੇ ਕਹਿੰਦੇ ਆਮ ਸਾਊਥ ਰੀਜਨ ਮੈਨੂੰ ਤਾਂ ਗਾਲ ਜੰਗਣ ਲੱਗਦਾ ਸ਼ਬਦ ਬੜਾ ਚੁਬਦਾ ਹੈ ਸੋ ਉੱਥੇ ਜਦੋਂ ਸਵਾਲ ਹੋਏ ਤੇ ਮੈਂ ਉਹਨਾਂ ਦਾ ਨਾਮ ਲੈ ਲੈਂਨਾ ਉਹ ਪ੍ਰੋਫੈਸਰ ਡੌਮ ਨੇ ਐਸਐਫਯੂ ਤੋਂ ਉਹ ਕਹਿੰਦੇ ਵੀ ਕਿਉਂਕਿ ਉਹ ਉਹ ਉਹਦਾ ਐਮਸੀ ਕਰ ਰਹੇ ਸੀ ਬੇਸਿਕਲੀ ਉਹ ਕਹਿੰਦੇ ਜੀ ਵੀ ਇੱਥੇ ਤੁਸੀਂ ਸਿਰਫ ਸਵਾਲ ਪੁੱਛਣੇ ਨੇ ਅਸੀਂ ਜਵਾਬ ਨਹੀਂ ਦੇਣਾ ਕੋਈ ਵੀ ਇਸ ਇਫਕਾ ਚੋ ਕੋਈ ਗੱਲ ਨਹੀਂ ਸੋ ਐਸੀ ਕਾਫੀ ਕੋਸ਼ਿਸ਼ ਕਰਦੇ ਰਹੇ ਮਾਨਯੋਗ ਜਿਹੜੇ ਮਨਿਸਟਰ ਨੇ ਉਹਨਾਂ ਨੂੰ ਵੀ ਐਸੀ ਪੁੱਛਿਆ ਕਿਹੜੇ ਮਨਿਸਟਰ ਪੋਪਮ ਮਿਸ ਪੋਪਮ ਹਨਾ ਤੇ ਉਹ ਖੈਰ ਸਾਨੂੰ ਕੋਈ ਜਵਾਬ ਨਹੀਂ ਆਇਆ ਫਿਰ ਐਸੀ ਇੱਕ ਖੁੱਲੀ ਚਿੱਠੀ ਲਿਖੀ ਜਿਹੜੀ ਕਿ ਤਕਰੀਬਨ 3500 ਈਮੇਲ ਦੀ ਸ਼ਕਲ ਚ ਬਖਰੇ ਬਖਰੇ ਸੰਸਾਵਾਂ ਨੂੰ ਗਈ ਬਖਰੇ ਬਖਰੀ ਪੋਲੀਟੀਕਲ ਪਾਰਟੀਆਂ ਨੂੰ ਗਈ ਐਮਐਲਏ ਨੂੰ ਗਈ ਐਮਪੀ ਨੂੰ ਗਈ ਪਰ ਮੇਰੇ ਖਿਆਲ ਜਾਂ ਤਾਂ ਉਹ ਚਿੱਠੀ ਪਹੁੰਚੀ ਨਹੀਂ ਉਹਦਾ ਕੋਈ ਜਵਾਬ ਨਹੀਂ ਆਇਆ ਕਿਸੇ ਪਾਸੇੋਂ ਮੇਰਾ ਖਿਆਲ ਜਦੋਂ ਪਹੁੰਚੇਗੀ ਸ਼ਾਇਦ ਜਵਾਬ ਆ ਜਾਏਗਾ ਕਿਉਂਕਿ ਕਈ ਵਾਰ ਇਹ ਜੰਕ ਫੋਲਡਰ ਚ ਚਲੇ ਜਾਂਦੀਆਂ ਹੁੰਦੀਆਂ ਸੋ ਮੇਰੀ ਬੇਨਤੀ ਹੈ ਜਿਹੜੀ ਉਹ 3500 ਈਮੇਲ ਗਈ ਆ ਉਹ ਜਰੂਰ ਜੰਕ ਫੋਲਡਰ ਆਪਣੇ ਚੈੱਕ ਕਰ ਲਿਓ ਔਰ ਉਹਦਾ ਜਵਾਬ ਬੇਨਤੀ ਆਪੋ ਜਰੂਰ ਜਰੂਰ ਦਿਓ ਸਾਨੂੰ ਸੋ ਇਹ ਨਹੀਂ ਪਤਾ ਬਜਟ ਕਿੰਨਾ ਆ ਇਹ ਨਹੀਂ ਪਤਾ ਬਣਨਾ ਕਿੱਥੇ ਆ ਇਹ ਨਹੀਂ ਪਤਾ ਵੀ ਉਹਦਾ ਨਾਮ ਕੀ ਰੱਖ ਹੋਣਾ ਸੋ ਇਹਦੇ ਬਾਰੇ ਉਥੋਂ ਫਿਰ ਅਸੀਂ ਸੋਚਦੇ ਸੋਚਦੇ ਕਿ ਪਹਿਲਾਂ ਤਾਂ ਸਾਊਥ-ਈਸ਼ੀਅਨ ਸਟੱਡੀਜ਼ ਦੀਆਂ ਚੇਅਰ ਬਣਦੀਆਂ ਸੀਆਂ ਯੂਨੀਵਰਸਿਟੀਆਂ ਡਿਪਾਰਟਮੈਂਟ ਬਣੇ ਹੋਏ ਨੇ ਸਾਊਥ-ਈਸ਼ੀਅਨ ਬਿਜ਼ਨਸ ਐਸੋਸੀਏਸ਼ਨਾਂ ਬਣੀਆਂ ਹੋਈਆਂ ਨੇ ਬ੍ਰਾਡਕਾਸਟਿੰਗ ਬਣੀਆਂ ਹੋਈਆਂ ਨੇ ਉਹ ਤਾਂ ਚਲੋ ਵਪਾਰੀ ਆਪਣਾ ਭਾਈਚਾਰਾ ਹੋ ਰਿਹਾ ਜਾਂ ਪੋਲਿਟਿਕਸ ਦਾ ਚੱਲ ਰਿਹਾ ਪਰ ਜਦੋਂ ਇਹ ਚੀਜ਼ ਉੱਬਲ ਕੇ ਬਾਹਰ ਆ ਰਹੀ ਹੈ ਨਾ ਜਿੱਥੇ ਇੱਕ ਮਿਊਜ਼ੀਅਮ ਸਾਰਿਆਂ ਦਾ ਸਾਂਝਾ ਆ ਤੇ ਤੁਸੀਂ ਉਹਦਾ ਨਾਮ ਫੇਰ ਸਾਊਥ-ਈਸ਼ੀਅਨ ਰੱਖ ਰਹੇ ਹੋ ਫੇਰ ਉੱਥੋਂ ਸਾਡੇ ਕੰਨ ਖੜੇ ਹੋਣੇ ਸੁਭਾਵਕ ਨੇ ਫੇਰ ਇਹਦਾ ਮਤਲਬ ਇਹ ਆ ਵੀ ਜਿਹੜੇ ਸਾਡੇ ਗੁਰੂ ਘਰ ਨੇ ਸਾਡੇ ਨਗਰ ਕੀਰਤਨ ਨੇ ਉਹਨਾਂ ਦਾ ਨਾਮ ਫਿਰ ਉਹ ਵੀ ਸਾਊਥ ਈਸਟੀਅਨ ਹੋਏਗਾ ਨਗਰ ਕੀਰਤਨ ਸਾਊਥ ਈਸਟੀਅਨ ਗੁਰੂ ਘਰ ਸੋ ਇਹ ਜਿਹੜਾ ਫਾਰਮੂਲਾ ਆ ਇਹ ਨਾ ਤਾਂ ਈਸਟਰਨ ਯੂਰੋਪੀਅਨ ਕੰਟਰੀਸ ਤੇ ਅਪਲਾਈ ਹੋ ਰਿਹਾ ਜਿਹੜੀਆਂ ਕੈਨੇਡਾ ਚ ਰਹਿੰਦੇ ਨੇ ਜਰਮਨ ਭਾਈਚਾਰਾ ਇੰਗਲੈਂਡ ਇਟਾਲੀਅਨ ਨੇ ਈਸਟਰਨ ਬਲੌਕ ਕੰਟਰੀਆਂ ਤੇ ਵੀ ਨਹੀਂ ਹੋ ਰਿਹਾ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਚਾਈਨਾ ਤੇ ਵੀ ਨਹੀਂ ਅਪਲਾਈ ਹੋ ਰਿਹਾ ਇਹ افریقا ਤੇ ਨਹੀਂ ਹੋ ਰਿਹਾ ਨਾਰਥ ਅਮਰੀਕਾ ਤੇ ਨਹੀਂ ਹੋ ਰਿਹਾ ਸੋ ਜਿਹੜੇ ਸਾਡੇ ਭੈਣ ਭਰਾ ਇਸ ਗੱਲ ਦੀ ਉਹ ਕਰੋੜਾਂ ਤੱਕ ਜਾਂ ਹੋਰ ਦੀ ਸਪੋਰਟ ਕਰਦੇ ਨੇ ਕਿ ਇਹ ਬੜੀ ਇਨਕਲੂਸਿਵ ਟਰਮ ਆ ਸੋ ਮੈਂ ਫਿਰ ਇਹ ਸੋਚਦਾ ਹਾਂ ਨਾ ਵੀ ਇਹ ਇਨਕਲੂਸਿਵਿਟੀ ਜਿਹੜੀ ਆ ਇਹ ਸਿਰਫ ਉਹਨਾਂ ਅੱਠ ਜਿਹੜੇ ਥਰਡ ਵਰਲਡ ਕੰਟਰੀ ਭੂਰੇ ਰੰਗ ਦੇ ਲੋਕ ਆਏ ਹੋਏ ਇਹ ਤੁਸੀਂ ਉਹਨਾਂ ਤੇ ਗੁਲਾਮੀ ਉਹਨਾਂ ਤੇ ਹੀ ਥੋਪਣੀ ਆ ਕਿ ਜਿਹੜੇ ਯੂਰੋਪੀਅਨ ਨੇਸ਼ਨਸ ਵੀ ਇੱਥੇ ਰਹਿੰਦੀਆਂ ਨੇ ਯਾ ਸਾਊਥ ਅਮਰੀਕਨ ਰਹਿੰਦਿਆਂ ਨੇ ਯਾ ਨਾਰਥ ਅਮਰੀਕਨ ਰਹਨੇ ਆ ਫਿਰ ਉਹਨਾਂ ਤੇ ਵੀ ਸੇਮ ਹੀ ਕਰੋ ਨਾ ਫੇ ਆਪਾਂ ਇਕਵੈਲਟੀ ਚ ਥੋੜਾ ਇਕਵਲ ਓਪਰਚ्युनिटी ਚ ਯਕੀਨ ਰੱਖਣ ਵਾਲੇ ਲੋਕ ਆ ਹਨਾ ਸੋ ਪਰ ਉੱਥੇ ਹੋ ਨਹੀਂ ਰਿਹਾ ਇਹ ਇਹ ਸਿਰਫ ਤੇ ਸਿਰਫ ਜਿਹੜੇ ਉਸ ਖਿੱਤੇ ਦੇ ਲੋਕ ਨੇ ਉਹਨਾਂ ਤੇ ਥੋਪੀ ਜਾ ਰਹੀ ਆ ਔਰ ਮੈਨੂੰ ਪਤਾ ਨਹੀਂ ਹੈਗਾ ਕਿ ਆਪਾਂ ਇਹ ਗੁਲਾਮੀ ਖਾਤੀ ਲੈਣੀ ਚਾਹੁੰਦੇ ਆ ਹੂੰ ਸੋ ਇਹ ਇਹ ਤਾਂ ਔਰ ਹਰੇਕ ਨੂੰ ਆਪਣੀ ਆਪਣੀ ਆਜ਼ਾਦੀ ਆ ਜੇ ਕੋਈ ਕਵੇ ਆਮ ਐ ਸਾਊਥ ਈਸ਼ੀਅਨ ਮੈਂ ਕਹਣਾ ਜੀ ਸਦਕੇ ਕਹੋ ਇਹ ਇਦਾਂ ਜਿੱਦਾਂ ਮੈਂ ਕਹਿ ਰਿਹਾ ਆ ਮੈਂ ਸਿੱਖ ਕੈਨੇਡੀਅਨ ਮੈਂ ਸਿੱਖਾਂ ਦਾ ਨੁਮਾਇੰਦਾ ਨਹੀਂ ਹੈਗਾ ਮੈਂ ਰਾਤੀ ਤੌਰ ਤੇ ਬੋਲ ਰਿਹਾ ਪਰ ਜਦੋਂ ਮੈਂ ਕਿਸੇ ਨਾਲ ਗੱਲ ਕਰਦਾ ਮੁਸਲਮਾਨ ਭਾਈਚਾਰੇ ਚੋਂ ਕਰਦਾ ਹਿੰਦੂ ਭਾਈਚਾਰੇ ਚੋਂ ਉਹ ਸਾਰੇ ਕਹਿੰਦੇ ਵੀ ਆਮ ਹਿੰਦੂ ਕੈਨੇਡੀਅਨ ਆਵੇਂ ਯਾਰ ਮੁਸਲਮਾਨ ਕੈਨੇਡੀਅਨ ਉਹ ਕੋਈ ਸਾਊਥ ਏਸ਼ੀਅਨ ਨਹੀਂ ਤੁਸੀਂ ਇੱਕ ਕਰਿਓ ਟੈਸਟ ਕਰਕੇ ਦੇਖਿਓ ਤੁਸੀਂ ਜਿੱਥੇ ਵੀ ਆਪਣੇ ਬਜ਼ੁਰਗ ਕੰਮ ਕਰਦੇ ਆ ਰਹੇ ਖੇਤਾਂ ਚ ਉਹਨਾਂ ਨੂੰ ਜਾ ਕੇ ਪੁੱਛਿਓ ਵੀ ਡੂ ਯੂ ਨੋ ਤੁਹਾਨੂੰ ਪਤਾ ਵੀ ਸਾਊਥ ਏਸ਼ੀਅਨ ਕੀ ਆ ਇਹ ਦੇ ਤੁਸੀਂ ਜਿਹੜਾ ਸਾਡਾ ਕੋਈ ਬੱਚਾ ਫਰੇਮਿੰਗ ਕਰ ਰਿਹਾ ਜਾਂ ਭਾਈ ਫਰੇਮਿੰਗ ਕਰ ਰਿਹਾ ਉਹਨੂੰ ਜਾ ਕੇ ਪੁੱਛਿਓ ਵੀ ਸਾਊਥ ਈਸ਼ੀਨ ਕੀ ਆ ਕਿਸੇ ਟਰੱਕ ਡਰਾਈਵਰ ਨੂੰ ਪੁੱਛਿਓ ਕਿਸੇ ਬੱਚੀ ਨੂੰ ਜਿਹੜੀ வால்ਮਾਰਟ ਚ ਕੰਮ ਕਰ ਰਹੀ ਉਹਨੂੰ ਪੁੱਛਿਓ ਉਹਨਾਂ ਸਾਰਿਆਂ ਦਾ ਇੱਕ ਹੀ ਜਵਾਬ ਹੋਣਾ ਉਹ ਕਹੂਗੀ ਆ ਮੈਂ ਜਾਂ ਕਹੂਗਾ ਆ ਮੈਂ ਸਿਕ ਕੈਨੇਡੀਅਨ ਆ ਮੈਂ ਪੰਜਾਬੀ ਕੈਨੇਡੀਅਨ ਜਾਂ ਆ ਮੈਂ ਇੰਡੋ ਕੈਨੇਡੀਅਨ ਉਹ ਤਾਂ ਹਰੇਕ ਦਾ ਆਪਣਾ ਆਪਣਾ ਹੱਕ ਹੈ ਜਾਂ ਇਹ ਇਦਾਂ ਹੀ ਇਸੀ ਤਰ੍ਹਾਂ ਦੇ ਜੋ ਮੁਸਲਮਾਨ ਹੋਏ ਉਹਨਾਂ ਨੇ ਕਿਹਾ ਆ ਮੈਂ ਮੁਸਲਮ ਕੈਨੇਡੀਅਨ ਆ ਮੈਂ ਪਾਕਿਸਤਾਨੀ ਕੈਨੇਡੀਅਨ ਜਾਂ ਮਤਲਬ ਇਦਾਂ ਹਿੰਦੂ ਕਹਿਣਗੇ ਤੇ ਜਿਹੜੇ ਰੱਬ ਨੂੰ ਨਹੀਂ ਵੀ ਮੰਨਦੇ ਨਾ ਉਹ ਫਿਰ ਆਪਣੇ ਆਪ ਨੂੰ ਇੱਕ ਖਿੱਤੇ ਨਾਲ ਆਈਡੈਂਟੀਫਾਈ ਕਰਦੇ ਨੇ ਉਹ ਕਹਿੰਦੇ ਜੀ ਵੀ ਆਰ ਪੰਜਾਬੀ ਕੈਨੇਡੀਅਨ ਪਰ ਕੋਈ ਨਹੀਂ ਕਹਿੰਦਾ ਪਿਆ ਆਵੇਂ ਸਾਊਥ ਏਸ਼ੀਅਨ ਕਿਉਂਕਿ ਇਹ ਇਹ ਇਟ ਇਜ਼ ਅ ਰੇਸ ਟਰਮ ਤੇ ਇਹ ਮੈਨੂੰ ਪਤਾ ਨਹੀਂ ਹੈਗਾ ਵੀ ਜੇ ਹੋਰ ਜਿਹੜੀਆਂ ਮੈਕਸ ਦਾ ਨਾਮ ਨਹੀਂ ਲਵਾਂਗਾ ਪਰ ਵੈਸੀ ਸੰਕੇਤਕ ਤੌਰ ਤੇ ਮੈਂ ਕਹਿਣ ਲੱਗਾ ਕਿ ਜੇ ਕੋਈ ਸ਼ਖਸ ਕਹਿ ਦਵੇ ਕਿ ਮੈਂ ਔਰਤ ਵਰਗਾ ਮਹਿਸੂਸ ਕਰ ਰਿਹਾ ਹਾਂ ਔਰਤ ਦੇ ਕੱਪੜੇ ਪਾ ਕੇ ਬਾਹਰ ਜਾਂਦਾ ਤੁਸੀਂ ਉਹਦਾ ਸਤਿਕਾਰ ਕਰ ਰਹੇ ਹੋ ਉਹਨੂੰ ਔਰਤਾਂ ਦੀਆਂ ਖੇਡਾਂ ਵਿੱਚ ਖੇਡਣ ਦਾ ਉਹਨੂੰ ਭਾਗ ਲੈਣ ਦਾ ਪਰਮਿਸ਼ਨ ਦੇ ਰਹੇ ਹੋ ਪਰ ਐਸੀ ਤਾਂ ਕੋਈ ਇਦਾਂ ਦੀ ਗੱਲ ਨਹੀਂ ਮੰਗ ਰਹੇ ਸਿਰਫ ਇਹ ਕਹਿ ਰਹੇ ਆ ਵੀ ਜੋ ਅਸੀਂ ਹੈਗੇ ਆ ਤੁਸੀਂ ਉਹਦੇ ਨਾਲ ਸਾਨੂੰ ਬੁਲਾਓ ਇੰਨਾ ਕੇ ਸਵਾਲ ਆ ਔਰ ਇੱਕ ਜਿਹੜੀ ਮੇਰੀ ਬੇਨਤੀ ਆ ਨਾ ਸਾਰੇ ਕੈਨੇਡਾ ਨੂੰ ਬੇਨਤੀ ਆ ਇਹਨੂੰ ਚੈਲੰਜ ਸਮਝ ਕੇ ਮੇਰੀ ਬੇਨਤੀ ਸਮਝਿਓ ਇਹ ਜੇ ਕਿਸੇ ਕੋਲ ਸਾਊਥ ਏਸ਼ੀਆ ਟਰਮ ਦੀ ਲੀਗਲ ਡੈਫੀਨੇਸ਼ਨ ਹੈਗੀ ਆ ਤੇ ਆਪਰੇਸ਼ਨਲ ਡੈਫੀਨੇਸ਼ਨ ਹੈਗੀ ਆ ਉਹ ਜਰੂਰ ਸਾਨੂੰ ਭੇਜਣ ਉਹ ਕਿਉਂਕਿ ਮੇਰਾ ਖਿਆਲ ਸਰਕਾਰ ਕੋ ਉਹਦੀ ਡੈਫੀਨੇਸ਼ਨ ਹੈ ਨਹੀਂਗੀ ਹਮ ਤੁਸੀਂ ਬਹੁਤ ਵਿਸਥਾਰ ਚ ਤੇ ਬਹੁਤ ਨੁਕਤਿਆਂ ਦੀ ਗੱਲਬਾਤ ਕੀਤੀ ਹੈ ਕਿ ਸਾਊਥ ਏਸ਼ੀਅਨ ਸ਼ਬਦ ਜਿਸ ਤਰੀਕੇ ਨਾਲ ਇਹ ਸ਼ਬਦ ਘੜਿਆ ਗਿਆ ਇੱਕ ਖਾਸ ਕਿਸਮ ਦੀ ਮੰਡੀ ਦੇ ਵਾਸਤੇ ਲੋੜ ਸੀ ਉਹ ਮੰਡੀ ਜਿਹੜੀ ਯੂਰਪ ਦੀ ਇਥੋਂ ਦੇ ਲੋਕਾਂ ਨੂੰ ਕਸਿਆਰੇ ਬਣਾਉਣ ਦੇ ਵਾਸਤੇ ਜਿਹੜੇ ਅੱਜ ਵੀ ਰੈ residențial ਸਕੂਲਾਂ ਤੋਂ ਲੈ ਕੇ ਅਸੀਂ ਇਥੋਂ ਦੇ ਜਿਹੜੇ ਸਾਡੇ ਇੰਡੀਜਨਸ ਭਾਈਚਾਰੇ ਦੇ ਲੋਕ ਆ ਉਹਨਾਂ ਦੀ ਤਰਾਸਦੀ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਦੇ ਦੁਖਾਂਤ ਤੋਂ ਬਾਅਦ ਜਿਹੜੇ ਲੋਕ ਹੋਰ ਇੱਥੇ ਆ ਰਹੇ ਸਨ ਉਹਨਾਂ ਸਾਰਿਆਂ ਤੇ ਆਪਣਾ ਵਪਾਰੀਕਰਨ ਕਰਦੇ ਆ ਇੱਕ ਸ਼ਬਦ ਘੜਿਆ ਗਿਆ ਸਾਊਥ ਏਸ਼ੀਅਨ ਉਹਨਾਂ ਨੇ ਤਾਂ ਮੰਡੀਕਰਨ ਕਰਨਾ ਸੀ ਉਸ ਤੋਂ ਬਾਅਦ ਸਾਡੇ ਲੋਕਾਂ ਨੇ ਜਿਹੜੇ ਵਪਾਰੀ ਨੇ ਕਾ ਇਹੋ মিডিਆ 'ਚ ਬੈਠੇ ਵਪਾਰੀ ਨੇ ਚਾਹੇ ਉਹ ਕਾਰੋਬਾਰੀ ਨੇ ਚਾਹੇ ਕੋਈ ਹੋਰ ਨੇ ਜਿਨ੍ਹਾਂ ਨੂੰ ਦੁਕਾਨਦਾਰੀ ਵੱਡੀ ਕਰਨ ਦੀ ਲੋੜ ਹੈ ਉਹ ਵੀ ਸਾਊਥ ਏਸ਼ੀਆਨ ਕਾਰੋਬਾਰ ਬਿਜ਼ਨਸ ਅਦਾਰਾ ਜਾਂ ਆਪਣੀ ਫਰਮ ਜਾਂ ਆਪਣਾ মিডিਆ ਜਾਂ ਕੋਈ ਵੀ ਉਸ ਦੇ ਉੱਪਰ ਜਾਂ ਬ੍ਰਾਡਕਾਸਟਿੰਗ ਕੁਝ ਵੀ ਐਸਾ ਲਿਖਦੇ ਨੇ ਇਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਇਹ ਇਨਕਲੂਸਿਵਨੈਸ ਆ ਇਹ ਇਹ ਬੜੀ ਖਤਰਨਾਕ ਹੈ ਇਸ ਤਰ੍ਹਾਂ ਸਾਰਿਆਂ ਨੂੰ ਰਲਾ ਕਰਨਾ ਇਉਂ ਮਿਕਸ ਕਰ ਲੈਣਾ ਇਹ ਵੀ ਇੱਕ ਉਹਨਾਂ ਦੀ ਵਪਾਰੀ ਸੋਚ ਹੀ ਹੈ ਹੋਰ ਕੁਝ ਨਹੀਂ ਹੈ ਪਰ ਸਾਡੀਆਂ ਯੂਨੀਵਰਸਟੀਆਂ ਦੇ ਵਿੱਚ ਕੀ ਹੋ ਗਿਆ ਸਾਡੀਆਂ ਯੂਨੀਵਰਸਟੀਆਂ ਦੇ ਵਿੱਚ ਵੈਨਕੂਵਰ ਤੋਂ ਕੰਮ ਸ਼ੁਰੂ ਕਰ ਲਓ ਅੱਜ ਵੀ ਬਹੁਤ ਸਾਰੇ ਸ਼ਖਸ ਅੱਜ ਦਰਸ਼ਕਾਂ ਦੇ ਤੌਰ ਤੇ ਵੀ ਬੈਠੇ ਹੋਣਗੇ ਜਿਨ੍ਹਾਂ ਨੇ ਸਾਡੀਆਂ ਸੰਸਥਾਵਾਂ ਇੱਕ ਸਿੱਖ ਆਰਗੇਨਾਈਜੇਸ਼ਨ ਜਿਹੜੀ ਇੱਥੋਂ ਦੀ ਬਣੀ ਸੀ ਜਿਸ ਦੇ ਵਿੱਚ ਸਰੀ ਵੈਨਕੂਵਰ ਤੋਂ ਲੈ ਕੇ BC ਕੈਨੇਡਾ ਦੇ ਕੁੱਲ ਸਿੱਖ ਹਨ ਉਹਨਾਂ ਨੇ ਸਾਰੇ ਫੰਡ ਇਕੱਠੇ ਕਰਕੇ ਚੇਅਰ ਜਿਹੜੀ ਸੀਗੀ ਉਹਨੂੰ ਫੰਡ ਦੇ ਵਾਸਤੇ ਦਿੱਤਾ ਉਹ ਚੇਅਰ ਸਾਊਥ ਏਸ਼ੀਅਨ ਚੇਅਰ ਦਾ ਨਾਮ ਉਹਨੂੰ ਦੇ ਦਿੱਤਾ ਗਿਆ 6 ਇਅਰ ਕਿਉਂ ਨਹੀਂ ਦਿੱਤਾ ਗਿਆ ਵੀ ਪੈਸਾ ਕਿਹਨੇ ਦਿੱਤਾ ਸੀ ਕਿਹਨੇ ਉਸ ਦੇ ਵਿੱਚ ਕੰਟਰੀਬਿਊਸ਼ਨ ਕੀਤੀ ਸੀ ਅਸਲ 'ਚ ਗੱਲ ਖੋਜ ਕੀ ਦੀ ਹੋਣੀ ਸੀ ਗੱਲ ਇਹ ਹੈ 90% ਦੀ ਧਨ ਕਿਸੇ ਨੇ ਦਿੱਤਾ ਪਰ ਖੋਜ ਕਾਰਜ ਦੇ ਵਿੱਚ ਉਸ ਵੇਲੇ ਰਿਸਰਚ ਕਿੱਧਰ ਲਾਉਣੀ ਹੈ ਸਾਊਥ ਏਸ਼ੀਆਨ ਕਹਿ ਕੇ ਕਿਸੇ ਦਾ ਮਾਲ ਮਾਲਕਾਂ ਦਾ ਤੇ ਮਸ਼ਹੂਰੀ ਕੰਪਨੀ ਦੀ ਇਹ ਇੱਕ ਸੋਚ ਇਸੇ ਤਰੀਕੇ ਨਾਲ ਫਿਰ ਸਾਡੇ ادارے ਹੋਰ ਸ਼ੁਰੂ ਹੋ ਗਏ ਜਿਨ੍ਹਾਂ 'ਚ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਵੀ ਹੈ ਫਿਰ ਸਾਡੇ ਲੋਕਾਂ ਨੇ ਵੀ ਹੌਲੀ-ਹੌਲੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਸਾਊਥ ਏਸ਼ੀਆਨ ਸ਼ਬਦ ਜਿਹੜਾ ਠੀਕ ਹੈ ਖਾਸ ਤੌਰ ਤੇ ਸੰਤਾਪ ਪੜ੍ਹੇ ਲਿਖੇ ਲੋਕਾਂ ਦਾ ਜਿਹੜਾ ਸਧਾਰਨ ਬੰਦਾ ਉਹਨੂੰ ਪੁੱਛੋ ਤੂੰ ਕੀ ਐ ਉਹਨੇ ਖੁੱਲ ਕੇ ਦੱਸਣਾ ਮੈਂ ਸਿੱਖ ਕੈਨੇਡੀਅਨ ਆ ਗੱਲ ਸਹੀ ਐ ਜਾਂ ਮੈਂ Hindu ਆ ਜਾਂ Musalman ਆ ਜਾਂ ਪੰਜਾਬੀ ਆ ਜਾਂ ਜੋ ਵੀ ਆ ਭਾਰਤੀ ਐ ਜਿੱਦ ਪਰ ਇਹ ਜਿਹੜਾ ਸਾਡਾ ਜਿਆਦਾ ਪੜ੍ਹਿਆ ਲਿਖਿਆ ਨਾ ਕਹਿੰਦੇ ਇਹਨਾਂ ਲਈ ਇੱਕ ਲਫ਼ਜ਼ ਕਿਹਾ ਜਾ ਸਕਦਾ ਕਿ ਇਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਇੱਕ ਉਹ ਖੇਤੀ ਹੁੰਦੀ ਹੈ ਜਿਹਨੂੰ ਪਾਣੀ ਨਹੀਂ ਮਿਲਦਾ ਤੇ ਉਹ ਮਰੀ ਖੇਤੀ ਨੂੰ ਪਾਣੀ ਦੇ ਕੇ ਉਗਾਇਆ ਜਾ ਸਕਦਾ ਹਰਾ ਕੀਤਾ ਜਾ ਸਕਦਾ ਇੱਕ ਖੇਤ ਉਹ ਹੁੰਦਾ ਜਿਹੜਾ ਹੱਦੋਂ ਵੱਧ ਪਾਣੀ ਦੇ ਹੜ੍ਹ ਦੇ ਨਾਲ ਤਬਾਹ ਹੋ ਜਾਂਦਾ ਉਸ ਨੂੰ ਨਹੀਂ ਬਚਾਇਆ ਜਾ ਸਕਦਾ ਇਹ ਹੜ੍ਹ ਦੇ ਨਾਲ ਤਬਾਹ ਹੋਏ ਲੋਕ ਨੇ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਨੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਹ ਸ਼ਬਦਾਂ ਨੂੰ ਇਸਤੇਮਾਲ ਯੂਨੀਵਰਸਿਟੀਆਂ 'ਚ ਕੀਤਾ ਹੈ ਤੇ ਅੱਜ ਸਾਡੇ ਸਾਹਮਣੇ ਉਹ ਸਾਹਿਤ ਸਭਾਵਾਂ ਵਿੱਚ ਵੀ ਬੈਠੇ ਨੇ ਜਾਂ ਬੈਠੀਆਂ ਨੇ ਜਾਂ ਲੇਖਕ ਵਰਗ ਦੇ ਵਿੱਚ ਬੈਠੇ ਬੈਠੀਆਂ ਨੇ ਉਹ ਕਹਣਗੇ ਜੀ ਸਾਨੂੰ ਸਾਊਥ ਈਸ਼ੀਅਨ ਕਹੋ ਸਾਨੂੰ ਇਹਦੇ ਤੇ ਕਿੰਗਾ ਮਹਿਸੂਸ ਹੁੰਦਾ ਕਿਉਂਕਿ ਉਹਨਾਂ ਦੀ ਬৌਧਿਕਤਾ ਹੀ ਉਹਨਾਂ ਦਾ ਮਾਨਸਿਕ ਦਿਵਾਲੀਆ ਪਾਣਾ ਸੋ ਅੱਜ ਅਸੀਂ ਜਦੋਂ ਇਸ ਗੱਲ ਨੂੰ ਵਿਸਤਾਰ ਚ ਦੇਖਦੇ ਆ ਸਾਨੂੰ ਜਾਨਣਾ ਪਏਗਾ ਕਿ ਅਸਲ ਦੇ ਵਿੱਚ ਇਹ ਸ਼ਬਦਾਂ ਦਾ ਨੁਕਸਾਨ ਕੀ ਹੈ ਤੇ ਫਾਇਦਾ ਕੀ ਹੈ ਹੁਣ ਜਦੋਂ ਅਸੀਂ ਫਾਇਦਾ ਤੇ ਨੁਕਸਾਨ ਦੀ ਗੱਲ ਕਰਦੇ ਆ ਦੋ ਨੁਕਤੇ ਨੇ ਕਿ ਸਾਡੀ ਅਗਲੀ ਪੀੜ੍ਹੀ ਦੀ ਵੀ ਤੁਸੀਂ ਗੱਲ ਛੋਈ ਹੈ ਤੇ ਵਰਤਮਾਨ ਸਮੇ ਸਾਡੀ ਸਥਿਤੀ ਦੀ ਵੀ ਗੱਲ ਕੀਤੀ ਹੈ ਸਾਡੀ ਫੰਡਿੰਗ ਜਾਂਦੀ ਹੈ ਅਸੀਂ ਚਾਹੇ ਕਿਸੇ ਵੀ ਕਾਰਜ ਲਈ ਸਹਿਯੋਗ ਦੇਈਏ ਕਿਤੇ ਹਸਪਤਾਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਵਾਰਡ ਬਣਾਉਣਾ ਹੋਵੇ ਤਾਂ ਸਾਡੇ ਲੋਕ ਅੱਗੇ ਯੂਨੀਵਰਸਿਟੀ ਲਈ ਚੇਅਰ ਬਣਾਉਣੀ ਹੋਵੇ ਤਾਂ ਸਾਡੇ ਲੋਕ ਅੱਗੇ ਜੇ ਕਿਸੇ ਕਿਤੇ ਹੋਰ ਕੁਝ ਵਿਸਾਰੀ ਕਰਨੀ ਹੋਵੇ ਹਾਲਾਂਕਿ ਕੰਮ ਸਰਕਾਰਾਂ ਦਾ ਮੈਂ ਤਾਂ ਕਦੇ ਵੀ ਕਹਿੰਦਾ ਹੁਣ ਆਪਣੀ ਕੌਮ ਨੂੰ ਵੀ ਸੰਭਲੋ ਇਹ ਸਰਕਾਰਾਂ ਨੇ ਕੰਮ ਉਹਨਾਂ ਨੂੰ ਕਰਦੇ ਹੋ ਪਰ ਚਾ ਹੈਗਾ ਚਲੋ ਚੰਗਾ ਚਾ ਚੰਗਾ ਪਰ ਚਾ ਦੇ ਵਿੱਚ ਕਈ ਵਾਰ ਸਾਰਾ ਕੁਝ ਹੀ ਉਧਰ ਲੈ ਜਾਂਦੇ ਆ ਅਗਲੇ ਜਦੋਂ ਕਿ ਉਹਦੇ ਨਾਲ ਫਰਕ ਬਹੁਤਾ ਨਹੀਂ ਪੈਂਦਾ ਹੜ ਪੀਟ ਤੋਂ ਲੈ ਤਾ ਸਾਰੇ ਅੱਗੇ ਸਾਰਾ ਪੈਸਾ ਪਰ ਉਹ ਬਾਅਦ ਕਹਿੰਦੇ ਹੁਣ ਸਾਊਥ ਏਸ਼ੀਅਨ ਭਾਈਚਾਰੇ ਨੇ ਸਹਿਯੋਗ ਦਿੱਤਾ ਸਾਡੇ ਅਖਬਾਰਾਂ ਦੀ ਖਬਰ ਹੁੰਦੀ ਹੈ ਸਾਡੇ ਪੰਜਾਬੀ ਅਖਬਾਰਾਂ ਦੀ ਇੰਡੀਅਨ ਜਿਹੜੇ ਨਿਊਜ਼ਪੇਪਰ ਨੇ ਇੰਗਲਿਸ਼ ਤੇ ਵਿੱਚ ਹਿੰਦੀ ਚ ਪੰਜਾਬੀ ਚ ਛਪਦੇ ਨੇ ਇਹ ਸਾਊਥ ਏਸ਼ੀਅਨ ਭਾਈਚਾਰੇ ਦਾ ਸਹਿਯੋਗ ਹੈ ਬਾਕੀ ਕਿੰਨਾ ਕੁ ਸਹਿਯੋਗ ਦਿੰਦੇ ਨੇ ਉਹਨਾਂ ਲਈ ਉਹਨਾਂ ਦਾ ਰੋਲ ਕੀ ਹੈ ਮੈਂ ਇਦਾਂ ਸੋਚਦਾ ਹੁੰਦਾ ਹਾਂ ਵੀ ਜਿਹਦੀ ਜਿੱਦਾਂ ਦੀ ਕੰਡੀਸ਼ਨਿੰਗ ਹੋਈ ਹੀ ਆ ਜਿੱਦਾਂ ਦੇ ਰੈਫਰੈਂਸ ਪੁਆਇੰਟ ਨੇ ਉਦਾਂ ਦਾ ਹੀ ਆਪਾਂ ਜੀਵਨ ਜੀ ਰਹੇ ਆ ਹੂੰ ਸੋ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਵੀ ਆਪਾਂ ਫਲੱਡ ਤੇ ਦਿੰਨੇ ਆ ਆਪਾਂ ਹਸਪੀਟਲ ਤੇ ਜਿੱਦਨੇ ਆ ਕਿਉਂਕਿ ਸਾਨੂੰ ਗੁੜਤੀ ਇਹ ਮਿਲੀ ਹੋਈ ਆ ਪਰ ਜਦੋਂ ਅਸੀਂ ਇਹ ਕਰਦੇ ਆ ਅਸੀਂ ਕਿਸੇ ਨਾਲ ਕੰਪੀਟੀਸ਼ਨ ਕਰਕੇ ਨਹੀਂ ਕਰਦੇ ਵੀ ਕੌਣ ਕੀ ਦੇ ਰਿਹਾ ਕੀ ਨਹੀਂ ਦੇ ਰਿਹਾ ਇਦਾਂ ਹੀ ਜਦੋਂ ਆਪਾਂ ਲੰਗਰ ਲਾਉਂਦੇ ਆ ਅਸੀਂ ਨਹੀਂ ਦੇਖਦੇ ਵੀ ਜਿਹੜੇ ਬਾਕੀ ਭਾਈਚਾਰੇ ਉਹ ਕੀ ਕਰ ਰਹੇ ਨੇ ਕਿਉਂਕਿ ਸਾਡੀ ਫਿਤਰਤ ਆ ਇਹ ਫਿਤਰਤ ਸੋ ਅਸੀਂ ਇਦਾਂ ਹੀ ਰਹਿਣਾ ਆ ਪਰ ਸਾਨੂੰ ਦੁਖ ਹੋ ਦੂ ਹੁੰਦਾ ਜਦੋਂ ਅਸੀਂ ਜਿਹੜਾ ਲੈਸ ਅਸੀਂ ਹਸਪੀਟਲ ਲਈ ਕੁਝ ਕਰ ਰਹੇ ਆ ਉਹ ਅਸੀਂ ਇਕੱਲੇ ਸਿੱਖਾਂ ਲਈ ਨਹੀਂ ਕਰ ਰਹੇ ਹੁੰਦੇ ਕਿਉਂਕਿ ਹਸਪੀਟਲ ਤਾਂ ਹਰੇਕ ਤਰ੍ਹਾਂ ਦੇ ਧਰਮ ਦੇ ਲੋਕ ਨੇ ਜਾਣਾ ਰੀਤ ਦੇ ਲੋਕ ਨੇ ਉਮਰ ਉਮਰ ਦੇ ਹਸਾਵਨਾ ਬੱਚੇ ਬੱਚੀਆਂ ਨੇ ਜਾਣਾ ਪਰ ਜਦੋਂ ਅਸੀਂ ਉੱਥੋਂ ਕਹਾਣੀਆਂ ਸੁਣਦੇ ਆ ਨਾ ਵੀ ਉਹਨਾਂ ਨੂੰ ਹਾਲ ਵਿੱਚ ਮਰੀਜ਼ਾਂ ਨੂੰ ਥੱਲੇ ਪੈਣਾ ਪੈ ਰਿਹਾ ਫਿਰ ਸਾਡਾ ਰੋਕੇ ਸੋਚਣਾ ਬਣਦਾ ਵੀ ਕਿਹੜੀ ਐਫਰਟ ਜਿਹੜੀ ਅਸੀਂ ਕਰ ਰਹੇ ਆ ਕਿਉਂਕਿ ਜਿਹੜੇ ਲਾਂਗ ਰੀਡ ਤੇ ਚੌਕੀਦਾਰੀ ਆਪਾਂ ਕਰ ਚੁੱਕੇ ਆ ਨਾ ਬਹੁਤ ਪਿਛਲੇ ਇਤਿਹਾਸ 'ਚ ਮੇਰੇ ਖਿਆਲ ਉਹ ਇੱਕ ਆਪਾਂ ਨੂੰ ਬਹੁਤ ਮੋੜ ਲੈ ਕੇ ਜਾਂ ਜਿੱਦ ਆਪਾਂ ਰਹਾਉ ਪਾਜ਼ ਐਂਡ ਰਿਫਲੈਕਟ ਕਰਨਾ ਪੈਣਾ ਕਿ ਕਿਹੜੀਆਂ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਸੋਸਾਇਟੀ ਸਟਰੋਂਗ ਹੋ ਰਹੀ ਆ ਤੇ ਆਪਾਂ ਸਟਰੋਂਗ ਹੋ ਰਹੇ ਆ ਔਰ ਕਿਹੜੀਆਂ ਕੋਸ਼ਿਸ਼ਾਂ ਦੇ ਨਾਲ ਸੋਸਾਇਟੀ ਵੀ ਵੀਕ ਹੋ ਰਹੀ ਤੇ ਆਪਾਂ ਵੀ ਵੀਕ ਹੋ ਰਹੇ ਆ ਸੋ ਉਹ ਜਿਹੜੇ ਆਪਣੇ ਮੋਰੀ ਨੇ ਜਿਹੜੇ ਆਪਣੇ ਲੀਡਰ ਕਹਿ ਲਓ ਉਹਨਾਂ ਨੂੰ ਰੁੱਕ ਕੇ ਸੋਚਣਾ ਪੈਣਾ ਇਹਦੇ ਬਾਰੇ ਪਰ ਜਿਹੜੀ ਤੁਸੀਂ ਸ਼ਬਦ ਦੀ ਗੱਲ ਕਰ ਰਹੇ ਸੀ ਨਾ ਸਾਊਥ ਈਸਟ ਇਜਨ ਤੁਸੀਂ ਦੇਖੋ ਵੀ ਇੱਕ ਸਮੇਂ ਇੱਕ ਬੜਾ ਨਾ ਪਵਿੱਤਰ ਵਰਡ ਆ Hindu ਤੇ ਇਦਾਂ ਇੱਕ ਪਵਿੱਤਰ ਵਰਡ ਪਾ ਕੇ ਆ ਸੋ ਮੈਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਕਹਿਣ ਲੱਗਾ ਮੈਂ ਵੈਸੇ ਇਤਿਹਾਸ ਲਾਫ ਰਿਆ ਕੈਨੇਡਾ ਦਾ ਤੋ ਇੱਕ ਸਮਾਂ ਸਾਰਿਆਂ ਨੂੰ ਹੀ ਚਾਹੇ ਉਹ ਮੁਸਲਮ ਭਾਈਚਾਰਾ ਸੀ ਸਿੱਖ ਸੀ ਹਿੰਦੂ ਸੀ ਜਾਂ ਇਥੇ ਸੀ ਜਿਹੜੇ ਰੱਬ ਨੂੰ ਨਹੀਂ ਵੀ ਮੰਨਦੇ ਉਹਨਾਂ ਨੂੰ ਹਿੰਦੂ ਕਹਿ ਕੇ ਪੁਕਾਰਿਆ ਜਾਂਦਾ ਸੀ ਤੇ ਅੱਜ ਦੀ ਤਰੀਕੇ 'ਚ ਅਸੀਂ ਕਹਿ ਰਹੇ ਹਾਂ ਵੀ that was a racist term ਫਿਰ ਪਾਕ ਆ ਗਿਆ ਪਾਕ ਕਿੰਨਾ ਪਵਿੱਤਰ ਲਫ਼ਜ਼ ਹੈ ਤੋ ਜਦੋਂ ਸਾਨੂੰ ਪਾਕ ਹੀ ਕਹਿੰਦੇ ਹੁੰਦੇ ਸੀ ਜਦੋਂ ਹਿੰਦੂ ਨੂੰ ਪਾਕ ਹੀ ਕਹਿੰਦੇ ਸੀ ਸਿੱਖ ਨੂੰ ਅੱਜ ਦੀ ਤਰੀਕੇ 'ਚ ਅਸੀਂ ਕਹਿ ਰਹੇ ਹਾਂ ਵੀ that is a racist term ਹੈਨਾ ਹਾਲਾਂਕਿ ਸ਼ਬਦ ਬੜੇ ਪਵਿੱਤਰ ਨੇ ਹੈਨਾ ਬੜੇ ਮਾਨਯੋਗ ਨੇ ਇਦਾਂ ਜਿਹੜਾ ਸਾਊਥ ਈਸ਼ੀ ਨੇ ਆ ਜਿਨ੍ਹਾਂ ਮਾਈ ਪਾਈ ਨੂੰ ਨਹੀਂ ਸਮਝ ਲੱਗ ਰਹੀ ਮੈਂ ਬਹੁਤ ਹੱਥ ਜੋੜ ਕੇ ਬੇਨਤੀ ਕਰ ਰਿਹਾ ਵੀ ਜਦੋਂ 50 ਸਾਲ ਬਾਅਦ ਪਿੱਛੇ ਨੂੰ ਦੇਖਿਆ ਜਾਣਾ ਨਾ ਇਹ ਵੀ ਇਦਾਂ ਹੀ ਗਿਣਿਆ ਜਾਣਾ ਕਿ ਇਟ ਇਜ਼ ਅ ਰਿਸਿਸਟਮ ਤੇ ਇਹਦੇ ਨਾਲ ਤੁਸੀਂ ਰੇਸ ਕਰ ਰਹੇ ਹੋ ਹਮਾਜਨਾਈ ਕਰ ਰਹੇ ਹੋ ਸਾਰਾ ਕੁਝ ਉਹਦਾ ਘਾਣ ਕਰ ਰਹੇ ਹੋ ਜਿਹੜੀਆਂ ਵਖਰੇ ਵਖਰੀਆਂ ਕੁਦਰਤ ਦੇ ਜਿਹੜੇ ਨਿਯਮ ਆ ਨਾ ਉਹਨਾਂ ਨੂੰ ਤੋੜ ਰਹੇ ਹੋ ਇਸ ਟਾਈਮ ਜੇ ਇਹ ਹੀ ਮਿਊਜ਼ੀਅਮ ਜਦੋਂ ਆਪਾਂ ਆਏ ਸੀਗੇ ਜੂ ਉਦੋਂ ਬਣਨਾ ਹੁੰਦਾ ਜਾਂ ਜਦੋਂ ਪਾਕੀ ਵਰਡ ਬੜੀ ਚੱਲ ਰਹੀ ਸੀਗੀ ਜਾਂ ਈਸਟ ਇੰਡੀਅਨ ਵਰਡ ਚੱਲ ਰਿਹਾ ਸੀਗਾ ਉਦੋਂ ਜਿਹੜੇ ਆਪਣੇ ਸਮਝਦਾਰ ਲੋਕ ਨੇ ਕਿਉਂਕਿ ਅਸੀਂ ਤਾਂ ਬਹੁਤ ਸਾਦੇ ਜਿਹੇ ਆ ਸੋ ਸਮਝਦਾਰਾਂ ਨੇ ਇਹੀ ਕਹਿਣਾ ਸੀ ਵੀ ਇਹਦਾ ਨਾਮ ਪਾਕੀ ਮਿਊਜ਼ੀਅਮ ਰੱਖ ਦਿਓ ਜਾਂ ਈਸਟ ਇੰਡੀਅਨ ਰੱਖ ਦਿਵੋ ਸੋ ਸਾਡੀ ਬੇਨਤੀ ਹੈ ਜਰੂਰ ਰੋਕੇ ਸੋਚੋ ਕਰਿਓ ਆਪਣੀ ਮੰਦੀ ਕਿਉਂਕਿ ਹਰੇਕ ਨੂੰ ਆਜ਼ਾਦੀ ਹੈ ਜਿੱਦਾਂ ਵੀ ਉਹ ਸੋਚਦਾ ਆ ਉਹਨਾਂ ਦੀ ਕੇਪੇਬਿਲਿਟੀ ਆ ਕਪੈਸਿਟੀ ਆ ਉਸ ਹਾਵਨਾ ਉਹ ਕਰਨ ਪਰ ਇੱਕ ਵਾਰੀ ਬੇਨਤੀ ਹੈ ਵੀ ਸੋਚ ਜਰੂਰ ਲਿਓ ਬੀ ਇਦਾਂ ਨੁਕਸਾਨ ਆਪਾਂ ਨੂੰ ਜਿਹੜੀਆਂ ਆਉਂਦੀਆਂ ਜਿਹੜੀਆਂ ਪੀੜ੍hiyan ਨੇ ਉਹਨਾਂ ਨੂੰ ਕਿੱਦਾਂ ਚੱਲਣਾ ਪੈਣਾ ਉਹਦਾ ਬਿਲਕੁਲ ਜੀ ਜਰੂਰ ਸੋਚਿਓ ਸਹੀ ਗੱਲ ਆ ਤੁਸੀਂ ਜਿਹੜੀ ਗੱਲ ਕੀਤੀ ਐ ਮੈਂ ਇਹ ਗੱਲ ਨੂੰ ਇਸ ਪ੍ਰਸੰਗ 'ਚ ਵੀ ਲੈਣਾ ਕਿ ਆ ਜਿਹੜੀ ਕਿਤਾਬ ਆ ਮੇਰੇ ਹੱਥ ਦੇ ਵਿੱਚ ਇਸ ਵੇਲੇ ਇਹ ਬਾਬਾ ਗੁਰਦੇਵ ਸਿੰਘ ਦੀ ਸਵੈ ਜੀਵਨੀ ਆ ਆਟੋ ਬਾਇਓਗ੍ਰਾਫੀ ਇਸ ਤੋਂ ਵੱਡਾ ਪ੍ਰਮਾਣ ਕੋਈ ਨਹੀਂ ਹੁੰਦਾ ਕਿਸੇ ਵਿਅਕਤੀ ਦੀ ਸਵੈ ਜੀਵਨੀ ਜਿਹੜੀ ਆ ਉਹ ਸਭ ਤੋਂ ਵੱਡਾ ਦਸਤਾਵੇਜ਼ ਹੁੰਦਾ ਤੇ ਉਹਨਾਂ ਉਦੋਂ ਲਿਖਣੀ ਆਰੰਭ ਕੀਤੀ ਜਦੋਂ ਜਹਾਜ਼ ਗੁਰਨਾਨਕ ਜਹਾਜ਼ ਨੂੰ ਲਿਆ ਗਿਆ ਤੇ ਕਿਉਂ ਲਿਆ ਗਿਆ ਤੇ ਕਿਵੇਂ ਹੁਣ ਇਸ ਕਿਤਾਬ ਦੇ ਵਿੱਚ ਉਹਨਾਂ ਨੇ ਹਰ ਥਾਂ ਤੇ ਜ਼ਿਕਰ ਕੀਤਾ ਕਿ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦਰਦ ਭਰੀ ਦਾਸਤਾਨ ਉਹ ਗਾਥਾ ਜਿਹੜੀ ਹੈ ਲਿਖੀ ਹੈ ਇਹ ਕਿਤਾਬ ਉਹਨਾਂ ਦੀ ਆਪ ਲਿਖੀ ਅਤੇ ਆਪ ਲਿਖਾਈ ਪੁਸਤਕ ਹੈ ਜਿਹੜੀ ਸਾਡੇ ਕੋਲ ਮੌਜੂਦ ਹੈ ਪਰ ਹੁਣ ਇਹ ਦੇਖੋ ਕਿ ਹੁਣ ਤੱਕ ਜੋ ਅਸੀਂ ਪੜਿਆ ਤੇ ਹੁਣ ਤੱਕ ਜਿਹੜਾ ਸਾਡੇ ਲੇਖਕਾਂ ਨੇ ਬਿਆਨਿਆ ਕਿੱਡੀ ਵੱਡੀ ਇਹ ਜਿਹੜੀ ਸਾਹਿਤਕ ਬੇਈਮਾਨੀ ਹੈ ਇਤਿਹਾਸਿਕ ਜਿਹੜੀ ਭ੍ਰਿਸ਼ਟਾਚਾਰ ਹੈ ਕਿ ਉਹ ਇਹ ਸ਼ਬਦ ਖਾਈ ਗਏ ਗੁਰੂ ਨਾਨਕ ਜੀ ਦਾ ਸ਼ਬਦ ਖਾਈ ਗਏ ਹੁਣ ਇਹਨਾਂ ਨੂੰ ਕਹੋ ਤਾਂ ਮਲਵੇਂ ਜਿਹੇ ਢੰਗ ਨਾਲ ਕਹਿਣਗੇ ਜੀ ਉਹ ਜੀ ਕਾਮਾਗਾਟਾ ਮਾਰੂ ਹੁਣ ਚੱਲਦਾ ਹੀ ਹੈ ਜੀ ਕੀ ਮਤਲਬ ਹੈ ਜੇ ਅਸੀਂ ਹੁਣ ਗੱਲ ਕਹਿ ਰਹੇ ਆ ਕਿ ਪਾਕੀ ਸ਼ਬਦ ਜਦੋਂ ਵਰਤਦੇ ਸੀ ਸਾਡੇ ਬਜ਼ੁਰਗ ਕਹਿੰਦੇ ਸੀ ਖਬਰਦਾਰ ਤੁਸੀਂ ਨਸਲਵਾਦੀ ਹੋ ਸਾਨੂੰ ਪਾਕੀ ਕਹਿੰਨੇ ਹੋ ਹਿੰਦੂ ਸ਼ਬਦ ਵਰਤਦੇ ਸੀ ਉਹ ਕਹਿੰਦੇ ਸੀ ਖਬਰਦਾਰ ਤੁਸੀਂ ਇਹ ਨਸਲੀ ਸ਼ਬਦ ਨਾ ਵਰਤੋ ਤੇ ਆ ਜਿਹੜਾ ਖਾਮਾਗਾਟਾ ਮਾਰੂ ਸ਼ਬਦ ਵਰਤਿਆ ਤੇ ਉਹ ਸ਼ਬਦ ਨੂੰ ਇੰਨਾ ਪ੍ਰਚਲਿਤ ਕਰ ਦਿੱਤਾ ਜਿਹੜਾ ਅਸਲ ਸ਼ਬਦ ਸੀ ਗੁਰੂ ਨਾਨਕ ਜਹਾਜ਼ ਇਹ ਸ਼ਬਦ ਨੂੰ ਖਾ ਹੀ ਗਏ ਮਿਟੇ ਹੀ ਦਿੱਤਾ ਇਹ ਇੱਕ ਢ ਵੱਡੀ ਬੇਈਮਾਨੀ ਹੈ ਇਹਦੇ ਵਿੱਚ ਕਸੂਰਬਾਰ ਉਹ ਸਾਰੇ ਹੀ ਨੇ ਜਿਨ੍ਹਾਂ ਨੇ ਮਿੱਠ ਕੇ ਸਾਰਾ ਕੁਝ ਕੀਤਾ ਹੁਣ ਜਦੋਂ ਗੱਲ ਦੁਬਾਰਾ ਸ਼ੁਰੂ ਹੋਈ ਹੈ ਤੱਥਾਂ ਦੇ ਆਧਾਰ ਤੇ ਕਿ ਠਹਿਰੋ ਤੁਸੀਂ ਜੋ ਸ਼ਬਦ ਵਰਤ ਕੇ ਪਿਛਲੇ ਲਗਾਤਾਰ ਕਿੰਨੇ ਸਮੇਂ ਤੋਂ ਗੱਲ ਕਰ ਰਹੇ ਹੋ ਇਹ ਸਿਧਾਂਤ ਜਿਹੜਾ ਹੈ ਗੱਲ ਕਾਮਾਗਾਟਾ ਮਾਰੂ ਉਸ ਜਹਾਜ਼ ਦੀ ਨਹੀਂ ਗੱਲ ਸਟਰਗਲ ਦੀ ਹੈ ਜਿਹੜਾ ਸਟਰਗਲ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋਂ ਮਿਲਿਆ ਜਿਸ ਦੇ ਵਿੱਚ ਇਹ ਸੀ ਕਿ ਅਰਦਾਸ ਤੋਂ ਬਾਅਦ ਆਮ ਅਸੀਂ ਕਹਿੰਦੇ ਸੀ ਨਾਨਕ ਨਾਮ ਜਹਾਜ਼ ਐ ਚੜੇ ਸੂਤਰੇ ਪਾਰ ਜੋ ਸਰਦਾ ਕਰਸੀਮ ਦੀ ਗੁਰਪਾਰ ਉਤਾਰਨਹਾਰ ਜੇ ਸਾਡੇ ਪਿੰਡਾਂ ਦੇ ਵਿੱਚ ਆਮ ਕਰਕੇ ਕਿਹਾ ਜਾਂਦੇ ਸੀ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਆਓ ਜੀ ਨੇ ਪਾਰ ਲੰਘਣਾ ਇਹ ਉਹ ਲੋਕ ਸੀ ਜਿਹੜੇ ਬੈਠ ਕੇ ਆਏ ਸੀ ਉਹਦੇ 'ਚ ਤੇ ਉਹਦੇ 'ਚ ਸਿੱਖ ਚਾਹੇ ਉਹ 345 47 ਸੀ ਚਾਹੇ ਮੁਸਲਮਾਨ ਜਿਹੜੇ ਸੀ ਉਹਨਾਂ ਦੀ ਗਿਣਤੀ 24 25 ਸੀ ਚਾਹੇ ਬਾਰਾਂਤੀ ਰਹੇ ਹਿੰਦੂ ਸੀ ਜੋ ਵੀ ਸੀ ਪਰ ਸਾਰੇ ਗੁਰਨਾਨਕ ਜਹਾਜ਼ ਦੇ ਮੁਸਾਫਰ ਸੀ ਤੇ ਬਾਬਾ ਗੁਰਦੇਵ ਸਿੰਘ ਹੁਣਾਂ ਨੇ ਇਹ ਨਾਮ ਰਜਿਸਟਰ ਕਰਾਇਆ ਟਿਕਟਾਂ ਗੁਰਨਾਨਕ ਸਟੀਮਰ ਦੀਆਂ ਹੋਈਆਂ ਇਹਨਾਂ ਚੱਲਿਆ ਪਰ ਜਦੋਂ ਇਸ ਦੇ ਬਾਰੇ ਅਸੀਂ ਪ੍ਰਚਾਰਨਾ ਸ਼ੁਰੂ ਕੀਤਾ ਅਸੀਂ ਉਵੇਂ ਹੀ ਸਾਊਥ ਏਸ਼ੀਆਨ ਟਰਮ ਬਾੰਗ ਹੀ ਇੱਥੇ ਵੀ ਸਾਰਾ ਕੁਝ ਵੰਡਿਆ ਮੀਟ ਕਰਤਾ ਇਹ ਜਾਪਾਨੀ ਜਹਾਜ਼ ਦਾ ਪਹਿਲਾ ਨਾਂ ਸੀ ਜਿਹੜਾ ਕਿ ਕਾਮਾਗਾਟਾ ਮਾਰੂ ਕੰਪਨੀ ਸੀ ਉਹਨਾਂ ਦੀ ਉਸ ਤੋਂ ਪਹਿਲਾਂ ਇਸ ਦਾ ਹੋਰ ਨਾਂ ਸੀ ਕਿਉਂਕਿ ਇਹ ਜਿਹੜਾ ਜਹਾਜ਼ ਸੀ ਇਹ ਯੂਰਪ ਦੇ ਕਿਸੇ ਖਾਸ ਜਿਹੜੀ ਕੰਪਨੀ ਦਾ ਸੀ ਜਿਹੜਾ ਸਕਾਟਲੈਂਡ ਦੀ ਕੰਪਨੀ ਦਾ ਸੀ ਉਸ ਵੇਲੇ ਇਹਦਾ ਡਿਫਰੈਂਟ ਨਾਂ ਸੀ ਜਾਪਾਨੀਆਂ ਨੇ ਲਿਆ 1914 ਵਿੱਚ ਇਹਦਾ ਨਾਂ ਕਾਮਾਗਾਟਾ ਮਰੂ ਰੱਖਤਾ ਜਦੋਂ ਜਹਾਜ਼ ਵਾਪਸ ਮੁੜਿਆ ਕਲਕੱਤੇ ਸ਼ਹੀਦیاں ਹੋਈਆਂ ਉਸ ਤੋਂ ਬਾਅਦ ਜਿਨ੍ਹਾਂ ਦਾ ਜਹਾਜ਼ ਸੀ ਉਹ ਵਾਪਸ ਲੈ ਗਏ ਕਿਉਂਕਿ ਇਸ ਨੂੰ ਲੀਜ਼ ਤੇ ਲਿਆ ਗਿਆ ਸੀ 6 ਮਹੀਨੇ ਵਾਸਤੇ ਪਟੇ ਤੇ ਲਿਆ ਗਿਆ ਸੀ ਜਦੋਂ ਵਾਪਸ ਲੈ ਗਏ ਕਿਸੇ ਹੋਰ ਕੰਪਨੀ ਨੇ ਇਸ ਜਹਾਜ਼ ਨੂੰ ਲਿਆ ਤੇ ਇਹਦਾ ਨਾਂ ਹੀਆ ਮਾਰੂ ਰੱਖ ਦਿੱਤਾ ਉਹ ਕਹਿ ਲਓ ਫਿਰ ਗੱਲ ਤਾਂ ਉਹ ਨਹੀਂ ਸੀ ਗੱਲ ਤਾਂ ਇਹ ਸੀ ਨਸਲਵਾਦੀ ਵਰਤਾਰਾ ਸੀ ਟੱਕਾ ਸੀ ਜ਼ਬਰ ਸੀ ਪਰ ਉਸਨੂੰ ਡਿਫਾਈਨ ਕਰਨ ਦੇ ਵਿੱਚ ਨਸਲਵਾਦ ਦੇ ਅੰਤਰਗਤ ਨਸਲਵਾਦ ਰੇਸਿਜ਼ਮ ਵਿਦਨ ਰੇਸਿਜ਼ਮ ਇਹਨੂੰ ਕਹਿੰਦੇ ਆ ਨਸਲਵਾਦ ਤਾਂ ਇੱਕ ਇਹ ਸੀ ਕਿ ਸਾਡੇ ਬਜ਼ੁਰਗਾਂ ਨਾਲ ਧੱਕਾ ਹੋਇਆ ਦੂਜਾ ਨਸਲਵਾਦ ਅਸੀਂ ਖੁਦ ਕਰ ਦਿੱਤਾ ਕਿ ਸਾਡੇ ਬਜ਼ੁਰਗਾਂ ਦੀ ਪਛਾਣ ਨੂੰ ਖਤਮ ਕਰ ਦਿੱਤਾ ਬਿਲਕੁਲ ਇਸੇ ਤਰ੍ਹਾਂ ਜਿਹੜੀ ਸਾਊਥ ਏਸ਼ੀਅਨ ਸ਼ਬਦ ਦੀ ਵਰਤੋਂ ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ ਅੱਜ ਤੋਂ 50 ਸਾਲ ਬਾਅਦ ਜਿਵੇਂ ਹੁਣ ਹੌਲੀ-ਹੌਲੀ ਇਹ ਗੱਲ ਚੱਲੀ ਹੈ ਕਿ ਹੁਣ ਥਾਂ-ਥਾਂ ਤੇ ਜਦੋਂ ਕਿਤੇ ਜ਼ਿਕਰ ਹੋਇਆ ਕਰੇਗਾ ਜਿੱਥੇ ਕੋਈ ਕੱਲਾ ਕਾਮਾਗਾਟਾ ਮਾਰੂ ਸ਼ਬਦ ਵਰਤੂਗਾ ਅਸੀਂ ਬਿਜਾਤੇ ਖੁਦ ਸਾਰੇ ਉਸ ਗੱਲ ਨੂੰ ਚੁਣੌਤੀ ਦੇਵਾਂਗੇ ਸਾਬਤ ਕਰ ਕਿ ਜਹਾਜ਼ ਜਦੋਂ ਲਿਆ ਗਿਆ ਸੀ ਉਸ ਦਾ ਨਾਮ ਕੀ ਸੀ ਜੇ ਗੁਰਨਾਨਕ ਜਹਾਜ਼ ਸੀ ਤਾਂ ਉਹ ਨਾਮ ਵਰਤ ਇਸੇ ਤਰੀਕੇ ਨਾਲ ਸਾਡੀਆਂ ਪੀੜ੍ਹੀਆਂ ਕਹਿਣਗੀਆਂ ਕਿ ਤੁਸੀਂ ਸਾਊਥ ਏਸ਼ੀਆਨ ਸ਼ਬਦ ਕਿਹਾ ਇਹ ਨਸਲਵਾਦੀ ਸ਼ਬਦ ਹੈ ਸਾਨੂੰ ਦੱਸੋ ਕਿ ਅਸੀਂ ਕੌਣ ਆ ਸਾਡੀ ਆਪਣੀ ਪਛਾਣ ਕੀ ਹੈ ਸਿੱਖ ਕੈਨੇਡੀਅਨ ਹੈ ਜਾਂ ਕੋਈ ਵੀ ਹੈ ABC ਜਿਹੜੇ ਵੀ ਨੇ ਪਰ ਅਫਸੋਸ ਹੈ ਕਿ ਅੱਜ ਦੇ ਸਮੇਂ ਅਸੀਂ ਇਸ ਗੱਲ ਤੇ ਸੁਚੇਤ ਨਹੀਂ ਤੁਹਾਡੀ ਵੈਬਸਾਈਟ ਤੇ ਮੈਂ ਦੇਖ ਰਿਹਾ ਸੀ ਤੁਸੀਂ ਵੱਖ-ਵੱਖ ਇੰਟਰਵਿਊਜ਼ ਵੀ ਕੀਤੀਆਂ ਵੱਖ-ਵੱਖ ਵਿਅਕਤੀਆਂ ਦੇ ਨਾਮ ਵੀ ਨੇ ਸਟੇਟਮੈਂਟਸ ਵੀ ਨੇ ਕੋਟੇਸ਼ਨ ਦੇ ਵਿੱਚ ਬੜਾ ਕੁਝ ਕਿਹਾ ਗਿਆ ਉਹ ਕੋਟੇਸ਼ਨ ਜਿਹੜੀਆਂ ਵੱਖ-ਵੱਖ ਲੋਕਾਂ ਨਾਲ ਤੁਸੀਂ ਗੱਲ ਕੀਤੀਆਂ ਜਾਂ ਉਹਦੇ ਵਿੱਚੋਂ ਤੁਹਾਨੂੰ ਜਾਣਕਾਰੀ ਮਿਲੀ ਜਾਂ ਇੱਕ ਤੋਂ ਬਾਅਦ ਇੱਕ ਨਾਲ ਆਵਾਜ਼ ਉਠਾਈ ਉਹ ਸਾਰੀ ਆਵਾਜ਼ ਜਿਹੜੀ ਇਹ ਮਿਊਜ਼ੀਅਮ ਬਣਾਉਣ ਵਾਲੇ ਜਿਹੜੇ ਸਾਊਥ ਈਸ਼ੀਅਨ ਮਿਊਜ਼ੀਅਮ ਪਹਿਲਾਂ ਨਾ ਰੱਖਣਾ ਚਾਹੁੰਦੇ ਸਨ ਉਹਨਾਂ ਤੱਕ ਬਚਾਉਣ ਦੀ ਤੁਸੀਂ ਕੋਸ਼ਿਸ਼ ਕੀਤੀ ਤੁਸੀਂ ਚਿੱਠੀਆਂ ਪਾਈਆਂ ਤੁਸੀਂ 3500 ਈਮੇਲ ਕੀਤੀ ਤੁਹਾਨੂੰ ਸਾਰਿਆਂ ਜੰਗਤਾਂ ਨਹੀਂ ਜਾ ਸਕਦੀਆਂ ਹਾਂ ਸਾਰੇ ਮਨਿਸਟਰ ਵੀ ਜਿਹੜੇ ਆ ਤੁਹਾਡਾ ਵਿਅੰਗ ਵਿੱਚ ਸਮਝ ਗਿਆ ਸੀ ਸਾਰਿਆਂ ਨੇ ਇਹੀ ਸਮਝਿਆ ਕਿ ਜਵਾਬ ਨਹੀਂ ਦਓ ਕਿਉਂਕਿ ਮੂੰਹ ਚ ਘੁੰਗੜੀਆਂ ਪਾ ਲੈ ਹੁਣ ਉਹਨਾਂ ਸਾਰਿਆਂ ਨੂੰ ਤੁਸੀਂ ਕਹਿਣਾ ਕੀ ਚਾਹੋਗੇ ਅ ਤੁਸੀਂ ਦੇਖੋ ਜੀ ਜੇ ਤੁਸੀਂ ਇਤਿਹਾਸ ਨਾਲ ਮਜ਼ਾਕ ਕਰੋਗੇ ਨਾ ਇਤਿਹਾਸ ਬੜਾ ਕੋਝਾ ਮਜ਼ਾਕ ਤੁਹਾਡੇ ਨਾਲ ਕਰੇਗਾ ਹਮ ਦੂਜਾ ਇੱਕ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਜੇ ਮੇਤੋਂ ਸਮਰੱਥਾ ਹੋਈ ਮੇਰੀ ਉਨੀ ਆਪਾਂ ਜਿਹੜੇ ਸਿੱਖ ਇੱਥੇ ਰਹਿ ਰਹੇ ਆ ਜਾਂ ਕੋਈ ਵੀ ਭਾਈਚਾਰਾ ਰਹਿ ਰਿਹਾ ਸੋ ਮੈਂ ਸਿੱਖਿਆ ਮੈਂ ਆਪਣੀ ਗੱਲ ਕਰਾਂਗਾ ਆਪਣੇ ਕੋ ਤਿੰਨ ਲੈਂਥ ਨੇ ਇੱਕ ਕੈਨੇਡੀਅਨ ਲੈਂਥ ਹੈ ਇੱਕ ਪੰਜਾਬੀ ਲੈਂਥ ਹੈ ਇੱਕ ਸਿੱਖ ਲੈਂਥ ਹੈ ਬਿਲਕੁਲ ਸਹੀ ਸੋ ਜਦੂ ਕੋਈ ਮੁਸ਼ਕਲ ਕੈਨੇਡਾ ਸਾਰੇ ਭਾਈਚਾਰੇ ਤੇ ਆਉਂਦੇ ਆ ਅਸੀਂ ਉਹ ਲੈਂਥ ਪਾ ਕੇ ਦੇਖਦੇ ਆ ਫਿਰ ਇਹੀ ਜੇ ਸਾਰੇ ਪੰਜਾਬੀਆਂ ਤੇ ਆਉਂਦੀ ਫਿਰ ਅਸੀਂ ਪੰਜਾਬੀ ਲੈਂਥ ਲਾ ਲੈਨੇ ਆ ਜੇ ਸਾਡੇ ਘਰ ਆਪਣੇ ਸਿੱਖੀ ਤੇ ਆਉਂਦੀ ਐ ਸੀ ਉਹ ਲੈਂਥ ਲਾਉਣੇ ਆ। ਸੋ ਅਸੀਂ ਕੋਸ਼ਿਸ਼ ਕਰਦੇ ਆ ਵੀ ਉਹ ਲੈਂਥ ਜਿੱਥੇ ਲੱਗਣਾ ਉੱਥੇ ਲੱਗੇ ਅੱਗੇ ਪਿੱਛੇ ਨਾ ਹੋਵੇ। ਕਿਉਂਕਿ ਜਦੋਂ ਅੱਗੇ ਪਿੱਛੇ ਹੋ ਗਿਆ ਉਹਨਾਂ ਨੂੰ ਮੁਸ਼ਕਲ ਸਾਨੂੰ ਵੀ ਆਏਗੀ। ਜਿਹੜਾ ਜੇ ਮੈਂ ਇਹਨੂੰ ਇਸ ਤਰ੍ਹਾਂ ਕਹਣਾ ਉਹ ਵੀ ਜੇ ਸਰਕਾਰ ਨੇ ਤੱਕੇ ਹੀ ਲਿਆ ਵੀ ਜਿਹੜੇ ਉਹ ਪੂਰੇ ਰੰਗ ਵਾਲੇ ਥਰਡ ਵਰਲਡ ਕੰਟਰੀ ਚੋਂ ਲੋਕ ਆਏ ਹੋਏ ਨੇ ਉਹਨਾਂ ਨੂੰ ਅਸੀਂ ਇਸ ਰੈਸੈਸ਼ਨ ਦੇ ਟਾਈਮ ਇੱਕ ਸੋਗਤ ਦੇਣੀ ਆ। ਮਿਊਜ਼ੀਅਮ ਬਣਾਉਣਾ ਆ। ਸੋ ਬੇਨਤੀ ਇਹ ਆ ਵੀ ਉਹਨਾਂ ਸਾਰਿਆਂ ਨੂੰ ਤੁਸੀਂ ਪੁੱਛ ਲਓ। ਔਰ ਇਹਦੇ ਬਾਰੇ ਰੈਡ ਐਫ ਐਮ ਤੇ ਕਨੈਕਟ ਤੇ ਵੀ ਉਹਨਾਂ ਨੇ ਓਪਨ ਲਾਈਨਸ ਕੀਤੀਆਂ ਸੀਗੇ ਤਿੰਨ ਦਿਨਾਂ ਲਈ ਔਰ ਇੱਕ ਬੰਦਾ ਸੀ ਸਿਰਫ ਉਹ ਵੀ ਸ਼ਾਇਦ ਕਿਸੇ ਦਾ ਕੱਲਿਆ ਹੋਵੇ ਵੀ ਸਾਊਥ ਇਸ਼ੀਅਨ ਚਾਹਨਾ ਮੈਂ ਨੀ ਤਾਂ ਬਾਕੀ ਸੈਂਕੜੇ ਇਨਾਮ ਜਿਹੜੇ ਆਏ ਨਾ ਉਹ ਇਹ ਸੀਗੇ ਕੋਈ ਕਹਿ ਰਿਹਾ ਸੀਗਾ ਇਹਦਾ ਇੰਡੋ ਕੈਨੇਡੀਅਨ ਰੱਖ ਦੋ ਕੋਈ ਮਹਾਰਾਜਾ ਰਿਹਾ ਆਪਣੀ ਆਪਣੀ ਸਮਝ ਦੇ ਮੁਤਾਬਕ ਹੈ ਨਾ ਸੋ ਮੈਂ ਸੋਚਦਾ ਔਰ ਜਦੋਂ ਮੈਂ ਗੱਲ ਕਰਦਾ ਬੰਜਾਰਾ ਨੋਮੈਡ ਵੱਲੋਂ ਕਰਦਾ ਜਾਂ ਮੇਰੇ ਜਾਤੀ ਖਿਆਲ ਨੇ ਹੈਗਾ ਮੈਂ ਸਿੱਖਿਆ ਮੈਂ ਇਹ ਸੋਚਦਾ ਵੀ ਜਦੋਂ ਤੁਸੀਂ ਤੁਸੀਂ ਨਾ ਸ਼ਬਦਾਂ ਦੀ ਉਹਨਾਂ ਦੀ ਟ੍ਰੈਜੈਕਟਰੀ ਉਹ ਦੇਖੋ ਦੀ ਰੈਜ਼ੋਨੈਂਸ ਕੀ ਹੋਣੀ ਆ ਅਗਲੀਆਂ ਸਦੀਆਂ 'ਚ ਮੈਂ ਬਹੁਤ ਨਿਮਰਤਾ ਨਾਲ ਕਹਿਣ ਲੱਗਾ ਵੀ ਜਿਹੜੇ ਰੈਡ ਇੰਡੀਅਨ ਰੈਡ ਇੰਡੀਅਨ ਆਪਾਂ ਕਹਿੰਦੇ ਨਹੀਂ ਸਿਰ ਇਸ ਟਰਮ ਨਾਲ ਹਾਂ ਉਹ ਫਰਸਟ ਨੇਸ਼ਨ ਹੋ ਗਏ ਬਿਲਕੁਲ ਹਨਾ ਅਸੀਂ ਜिद ਨਹੀਂ ਕਰਾਂਗੇ ਵੀ ਤੁਸੀਂ ਉਹਨਾਂ ਦਾ ਨਾਮ ਕਾਤੇ ਚੇਂਜ ਕੀਤਾ ਅਸੀਂ ਨਹੀਂ ਕਰਾਂਗੇ ਜिद ਬਿਲਕੁਲ ਕਿਉਂਕਿ ਜੇ ਕਿਸੇ ਨੂੰ ਪਾਈਚਾਰੇ ਨੂੰ ਮਾਣ ਮਿਲਦਾ ਆ ਹੂੰ ਇਫੀਕਾਤੇ ਰੋਕਾਂਗੇ ਸੋ ਇਦਾਂ ਜੇ ਅਸੀਂ ਕਹਿ ਰਹੇ ਆਂ ਵੀ ਜਿਹੜੇ ਅਸੀਂ ਕਲੈਕਟਿਵਲੀ ਸਾਰਿਆਂ ਦੀ ਗੱਲ ਕਰ ਰਹੇ ਜਿਹੜੇ ਉਸ ਖਿੱਤੇ ਚੋਂ ਆਏ ਨੇ ਵੀ ਜੇ ਉਹ ਨਹੀਂ ਜਾਂਉਂਦੇ ਬਿਲਕੁਲ ਸਾਨੂੰ ਇਹਦਾ ਆਈਡੈਂਟੀਫਾਈ ਕਰੋ ਤੁਸੀਂ ਕਾਤੇ ਕਰੋਗੇ ਯਾਰ ਹਾਂ ਠੱਕੇ ਨਾਲ ਕਿਉਂ ਹਾਂ ਬਿਲਕੁਲ ਸਹੀ ਹੈ ਠੱਕੇ ਨਾਲ ਹੁਣ ਵੀ ਜਦੋਂ ਅਸੀਂ ਕਹਿੰਦੇ ਆਂ ਕਈ মিডিਏ ਦੇ ਵਿੱਚ ਇਹ ਸ਼ਬਦ ਵਰਤਦੇ ਨੇ ਸਾਨੂੰ ਅਫਸੋਸ ਹੁੰਦਾ ਹੈ ਕਿ ਜਦੋਂ ਇਹ ਗੱਲ ਨਸਲਵਾਦੀ ਹੈ ਤਾਈ ਕਿ ਕਹਿ ਕੇ ਬੋਲਦੇ ਨਹੀਂ ਕਿਉਂ ਵੀ ਜਾਂ ਤਾਈ ਕਿ ਇਸ ਤਰ੍ਹਾਂ ਕਹਿਣਾ ਤਾਈ ਕੇ ਵੈਸੇ ਕਹਿ ਦਿਓ ਸਤਕਾਰ ਹੈ ਕਿ ਸਾਡੇ ਵੱਡੇ ਵਡੇਰਿਆਂ ਵਰਗੇ ਨੇ ਉਹ ਤਾਂ ਹੈ ਆਦਬ ਪਰ ਲਾ ਕੇ ਕਹਿਣਾ ਜਾਂ ਲਾਲ ਭਾਰਤੀ ਸ਼ਬਦ ਕੀ ਅਰਥ ਦੀ ਨੇ ਲਖ ਲਾਣ ਤੇ ਲਾਲ ਭਾਰਤੀ ਕੀ ਹੁੰਦਾ ਵੀ ਰੈਡ ਇੰਡੀਅਨ ਕੀ ਹੁੰਦਾ ਨਹੀਂ ਵਾਸਕੋ ਡਿ ਗਾਮਾ ਹੋਇਆ ਕੋਲੰਬਸ ਹੋਇਆ ਖੋਜਣ ਕੀ ਗਏ ਖੋਜ ਕੀ ਲਿਆਏ ਤੇ ਕੋਲੰਬਸ ਦੇ ਗੁਣ ਗਾਈ ਜਣ ਇੱਥੇ ਇੱਕ ਕਵਿਤਰੀ ਦੀ ਕਿਤਾਬ ਹੈ ਪੜ ਰਿਆ ਸੀ ਜਿਸ ਤਰ੍ਹਾਂ ਕੋਲੰਬਸ ਨੇ ਧਰਤੀ ਖੋਜੀ ਉਹ ਬੀਬਾ ਧਰਤੀ ਗੁਆਚੀ ਹੋਈ ਸੀ ਹੈ ਨਹੀਂ ਸੀ ਇੱਥੇ ਸੀ ਇਹ ਧਰਤੀ ਇੱਕ ਵਪਾਰੀ ਧਿਰ ਦਾ ਭੇਜਿਆ ਹੋਇਆ ਉਹ ਇੱਕ ਉਹਨਾਂ ਦਾ ਏਜੰਟ ਹੀ ਸੀ ਜਿਹੜਾ ਦੇਖਦਾ ਸੀ ਸਾਨੂੰ ਮੰਡੀ ਚਾਹੀਦੀ ਐ ਤੇ ਆ ਕੇ ਉਹਨਾਂ ਨੇ ਕੀ ਕੀਤਾ ਕਿ ਚਰਚੇ ਕਹਿੰਦੀ ਐ ਸਾਡੀ ਕਿ ਇਹ ਲੋਕ ਜਾਹਲ ਕਿਸਮ ਦੇ ਨੇ ਤੇ ਇਹਨਾਂ ਨੂੰ ਖਤਮ ਕਰੋ ਇਹਨਾਂ ਨੂੰ ਜ਼ਿੰਦਗੀ ਇਹਨਾਂ ਦੀ ਸਿਵਲਾਈਜ਼ ਬਣਾਓ ਤੁਹਾਡੀ ਸਿਵਲਾਈਜ਼ੇਸ਼ਨ ਤੁਸੀਂ ਡਿਫਾਈਨ ਕਰੋਗੇ ਖਤਮ ਕਰਤੇ ਟਿਊਬਰਕਲੋਸਿਸ ਦੇ ਕੰਮਲ ਵੰਡ ਵੰਡ ਕੇ ਬਿਮਾਰੀਆਂ ਫਲਾ ਫਲਾ ਕੇ ਰਹਿੰਦੇ ਖੁੰਦੇ ਰਹਿ ਜੈਂਡਰ ਸਕੂਲਾਂ ਚ ਉਹਨਾਂ ਦੀ ਭਾਸ਼ਾ ਦੀ نسل 쿠ਸ਼ੀ ਦੀ ਸਾਰੀ ਕਹਾਣੀ ਦਾਸਤਾਨ ਬੱਕਰੀ ਹੈ ਤੇ ਸਾਡੀ ਲੇਖਕਾ ਕਹਿ ਰਹੀ ਹੈ ਜੀ ਕੋਲੰਬਸ ਨੇ ਜਿਸ ਤਰ੍ਹਾਂ ਧਰਤੀ ਖੋਜੀ ਇਹੋ ਜੇ ਲੇਖਕਾ ਇਹ ਅੱਜ ਸਾਡੇ ਲਿਖਾਰੀਆਂ ਦੀ ਬੌਧਿਕ ਦਿਵਾਲੀਆ ਬਣ ਨਹੀਂ ਤੱਕੀ ਹੈ ਕੋਈ ਧਰਤੀ ਨਹੀਂ ਖੋਜੀ ਇਹਨਾਂ ਲੋਕਾਂ ਨੇ ਇੱਥੇ ਆਏ ਤੇ ਆ ਕੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਤੂੰ ਲੱਭਣ ਭਾਰਤ ਚੱਲਿਆ ਸੀ ਭਾਈ ਇਹ ਤਾਂ ਭਾਰਤ ਹੈ ਹੀ ਨਹੀਂ ਤੇ ਇਹਨਾਂ ਨੂੰ ਇੰਡੀਅਨ ਕਹਿ ਕੇ ਡੰਡੀ ਪਿਆ ਤੇ ਕਹਿਣ ਵਾਲੇ ਇਹਨਾਂ ਨੂੰ ਰੈਡੀ ਇੰਡੀਅਨ ਕਹਿਣ ਲੱਗੇ ਸ਼ਰਮ ਹੋਣੀ ਚਾਹੀਦੀ ਹੈ ਸਾਨੂੰ ਇਹੋ ਜੇ ਸ਼ਬਦ ਵਰਤਦਿਆਂ ਇਸੇ ਤਰੀਕੇ ਨਾਲ ਸ਼ਰਮ ਆਉਣੀ ਚਾਹੀਦੀ ਹੈ ਚਾਹੇ ਪਾਕੀ ਜਾਂ ਹਿੰਦੂ ਜਾਂ ਅੱਜ ਇਹ ਸਾਊਥ ਏਸ਼ੀਆਨ ਸ਼ਬਦ ਵਰਤਦੇ ਹਨ ਗੱਲ ਸਹਿਦ ਹੀ ਨਹੀਂ ਗੱਲ ਪੈਸੇ ਦੀ ਹੁੰਦੀ ਹੈ ਅੱਜ ਜੇਕਰ ਚੁੱਪ ਕਰ ਜਾਾਂਗੇ ਤਾਂ ਭਵਿੱਖ 'ਚ ਇਹ ਵੱਧਦਾ ਜਾਏਗਾ ਕਹਿੰਦੇ ਆ ਕਿ ਵਿਰੋਧ ਕਰਨ ਦੇ ਲਈ ਹੀ ਦਮ ਚਾਹੀਦਾ ਖੁਸ਼ਾਮਦੀ ਤਾਂ ਹਰ ਕੋਈ ਕਰ ਲੈਂਦਾ ਹੈ ਹਰੇਕ ਦੀ ਵੱਡੇ ਅਫਸਰ ਦੇ ਨਾਲ ਵੱਡੇ ਸਿਆਸਤਦਾਨ ਦੇ ਨਾਲ ਜਾ ਕੇ ਉਹਦੀ ਹਾਂ ਚ ਹਾਂ ਮਿਲਾ ਦੇਣੀ ਜਿੱਥੇ ਬੰਦੇ ਬੈਠੇ ਦੇਖੇ ਉਥੇ ਚਾਹੇ ਸੱਚ ਹੈ ਚਾਹੇ ਝੂਠ ਹੈ ਉਹਦੀ ਹਮਲਾਦਨੀ ਆ ਪਿੱਛੇ ਜੇ ਮੈਂ ਗੁਰਦਾਸ ਮਾਨ ਦੇ ਮਾਮਲੇ ਚ ਦੇਖ ਰਿਹਾ ਸੀ ਖੁਦ ਇੱਕ ਬੁਲਾਰੇ ਦੇ ਤੌਰ ਤੇ ਰਾਜ ਸਿੰਘ ਭੰਡਾਲਹੁਰਾ ਨੇ ਬੜੀ ਕਮਾਲ ਦੀ ਗੱਲ ਕੀਤੀ ਆਪ ਦੱਸਣਗੇ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਥੋਂ ਦੀ ਇੱਕ ਲੇਖਕਾ ਜਾਂ ਕੁਝ ਲੇਖਕ ਉਹ ਕਹਿੰਦੇ ਜੀ ਅਸੀਂ ਇੱਕ ਰਾਸ਼ਟਰ ਇੱਕ ਬੋਲੀ ਦੇ ਨਾਲ ਤਾਂ ਸਹਿਮਤ ਨਹੀਂ ਗੱਲ ਦੇ ਪਰ ਕਿ ਐਵੇਂ ਗੁਰਦਾਸ ਮਾਨ ਦੇ ਬਾਰੇ ਕਿਉਂ ਰੌਲਾ ਪਾਈ ਜਾਂਦੇ ਹੋ ਕੀ ਗੱਲ ਕੀ ਉਹਨੇ ਕਹਿਤਾ ਫਿਰ ਕੀ ਹੋ ਗਿਆ ਉਹਨੂੰ ਵੀ ਤਾਂ ਗਾਲਾਂ ਕੱਢੀਆਂ ਲੋਕਾਂ ਨੇ ਤੇ ਉਹਨੇ ਗਾਲ ਕੱਢਤੀ ਇਹ ਦੀ ਬਹੁਤ ਇੱਕ ਹਿੰਦਤਾ ਦੀ ਭਾਵਨਾ ਇਹ ਬੇਗੈਰਤੀ ਦੀ ਭਾਵਨਾ ਇੱਕ ਪਾਸੇ ਵਾਰਸ਼ ਸ਼ਾਹ ਦੇ ਨਾਂ ਤੇ ਆਲਮੀ ਪੁਰਸਕਾਰ ਜਿਹੜਾ ਉਸ ਨੂੰ ਵਾਪਸ ਲੈਣ ਦੀ ਮੰਗ ਲਗਾਤਾਰ ਕੁਝ ਹਫ਼ਤਿਆਂ ਤੋਂ ਸਾਰਿਆਂ ਨੇ ਕੀਤੀ ਤੇ ਇਸ ਦੇ ਵਾਸਤੇ ਜਿਹੜੀ ਬਕਾਇਦਾ ਤੌਰ ਤੇ ਪੰਜਾਬੀ ਮਾਂ ਬੋਲੀ ਦੇ ਵਾਰਸ਼ ਸੰਸਥਾ ਦੇ ਵੱਲੋਂ ਮਤਾ ਪਾਸ ਕਰਕੇ ਵੀ ਭੇਜਿਆ ਗਿਆ ਤੇ ਉਸ ਤੋਂ ਵਾਪਸ ਲਿਆ ਗਿਆ ਸੀ ਅਲਿਆਸ ਘੁੰਮਣ ਜਾਂ ਵਾਰਸ਼ਾ ਆਲਮੀ ਫਾਊਂਡੇਸ਼ਨ ਦਾ ਧੰਨਵਾਦ ਕਰਦੀ ਹੈ ਇੱਕ ਪਾਸੇ ਸਾਡੇ ਉਹ ਲੇਖਕ ਚਾਹੇ ਆਸਟ੍ਰੇਲੀਆ ਬੈਠਾ ਕੋਈ ਸਰਜੀ ਸੋਹੀ ਦਾ ਹੋਵੇ ਚਾਹੇ ਟੋਰਾਂਟੋ ਚਾਹੇ ਪੰਜਾਬ ਦੇ ਵਿੱਚ ਬੈਠਾ ਕੋਈ ਇਹੋ ਜਿਹਾ ਲੰਬੜਦਾਰ ਹੋਵੇ ਜਾਂ ਇੱਥੇ ਵੈਨਕੂਵਰ ਬੈਠੇ ਜਾਂ ਬੈਠੀਆਂ ਜਿਨ੍ਹਾਂ ਦੀ ਮਾਨਸਿਕ ਤੌਰ ਤੇ ਸੋਚ ਕੀ ਹੈ ਕਿ ਜੀ ਅਸੀਂ ਗਾਲਾਂ ਖਾ ਲਾਂਗੇ ਪਰ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਨਾ ਖਸ਼ਾਮ ਦੀ ਕਰਨੀ ਹੈ ਤੇ ਵਿਰੋਧ ਕਰਨ ਵਾਲੇ ਤਾਂ ਕਰਨਗੇ ਕਾਰਨ ਹੈ ਦਲੀਲ ਹੈ ਕਿ ਜਿਹੜਾ ਵਿਅਕਤੀ ਸਟੇਜ ਦੇ ਉੱਪਰ ਇਹੋ ਜੇ ਸ਼ਬਦ ਪੰਜਾਬੀ ਮਾਂ ਬੋਲੀ ਦੀ ਬੇਹਰਮਤੀ ਵਾਸਤੇ ਵਰਤ ਰਿਹਾ ਅਦਬ ਦੀ ਬੇਅਦਬੀ ਕਰ ਰਿਹਾ ਉਸ ਸ਼ਖਸ ਦਾ ਬੋਲਿਆ ਸ਼ਬਦ ਤੁਹਾਨੂੰ ਪ੍ਰਵਾਨ ਹੈ ਤੁਸੀਂ ਆਪਣੇ ਪੀੜ੍ਹੀਆਂ ਨੂੰ ਉਸ ਦਾ ਅਨੁਵਾਦ ਕਰਕੇ ਦੱਸੋਗੇ ਕਿ ਮੈਂ ਉਸ ਲੇਖਕਾਂ ਜਾਂ ਲੇਖਕ ਤੋਂ ਪੁੱਛ ਰਿਹਾ ਇਸ ਵੇਲੇ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਸੋਸ਼ਲ ਮੀਡੀਆ ਤੇ ਇਸ ਨੂੰ ਪ੍ਰਵਾਨ ਕਰ ਰਹੇ ਨੇ ਕਿ ਤੁਸੀਂ ਆਪਣੇ ਪੁੱਤਰ ਨੂੰ ਇਸ ਨੂੰ ਅਨੁਵਾਦ ਕਰਕੇ ਦੱਸੋ ਕਿ ਕੋਈ ਬੱਤੀ ਵਟਣਾ ਤੇ ਬੱਤੀ ਵਟ ਕੇ ਜਿਹੜਾ ਹੈ ਉਸ ਨੂੰ ਲੈਣਾ ਉਹ ਕੀ ਅਰਥ ਹੁੰਦਾ ਹੈ ਉਹਨੂੰ ਅੰਗਰੇਜ਼ੀ ਦੇ ਵਿੱਚ ਨਵਾਦ ਕਰਕੇ ਦੱਸੋ ਤੇ ਫਿਰ ਤੁਹਾਡਾ ਬੱਚਾ ਤੁਹਾਨੂੰ ਜੋ ਕਹੇਗਾ ਨਾ ਕਿ ਹਾਂ ਜੀ ਠੀਕ ਹੈ ਤਾਂ ਫਿਰ ਤੁਹਾਨੂੰ ਤਸਦੀਕ ਕਰ ਦਿਓ ਜੇ ਤੁਸੀਂ ਕਹੋਗੇ ਜੀ ਇਹਨੂੰ ਕੁਝ ਕਿਹਾ ਗਿਆ ਸੀ ਇਹਨੇ ਕਹਿ ਦਿੱਤਾ ਤੇ ਫਿਰ ਉਸ ਤੋਂ ਬਾਅਦ ਉਹਦਾ ਉੱਤਰ ਸੁਣਿਓ ਕੀ ਕਹੇਗਾ ਇਹੋ ਜੀ ਮਾਨਸਿਕ ਜਾਹਲਪੁਣਾ ਤਾਂ ਸਾਡੇ ਅੰਦਰ ਹੈ ਅਸੀਂ ਗੱਲ ਖੜ ਕੇ ਵਿਰੋਧ ਹੀ ਨਹੀਂ ਕਰਦੇ ਅੱਜ ਸਾਊਥ ਏਸ਼ੀਆ ਦੇ ਮਾਮਲੇ ਦੇ ਵਿੱਚ ਜੇ ਕਿਸੇ ਨੇ ਡਟ ਕੇ ਵਿਰੋਧ ਕੀਤਾ ਤਾਂ ਮੈਂ ਮਾਣ ਨਾਲ ਕਹਿ ਸਕਦਾ ਕਿ ਰਾਜ ਸਿੰਘ ਭੰਡਾਲ ਉਹਨਾਂ 130 ਦੇ ਵਿੱਚੋਂ ਬਾਦ ਇੱਕ ਤੇ ਇਹਨਾਂ ਦੇ ਮਿੱਤਰ ਦੋ ਇਨਸਾਨ ਸਨ ਜਿਨ੍ਹਾਂ ਨੇ ਇਸ ਗੱਲ ਨੂੰ ਚੁਣੌਤੀ ਦਿੱਤੀ ਬਾਕੀ 128 ਪਤਾ ਕਰੋ ਕੌਣ ਨੇ ਉਹਨਾਂ ਜੋ ਸਾਡੇ ਬਹਿਰੂਪੀਏ ਕਿਹੜੇ ਕਿਹੜੇ ਗਏ ਨੇ ਜਿਹੜੇ ਬਿਲਕੁਲ ਨਹੀਂ ਬੋਲੇ ਤੇ ਕਿਹੜੇ ਮੰਤਰੀ ਨੇ ਜਿਨ੍ਹਾਂ ਨੂੰ 100 ਤਕਰੀਬਨ ਦਰਜਨਾ ਹੀ ਚਿੱਠੀਆਂ ਪਾਈਆਂ ਸਾਡੇ ਕਹਿੰਦੇ ਕਹੋਂਦੇ ਐਮ ਐਲ ਏ ਸੰਸਥਾਵਾਂ ਦੇ ਅੱਗੂ ਉਹਨਾਂ ਨੇ ਜਵਾਬ ਕਿਉਂ ਨਹੀਂ ਦਿੱਤਾ ਜਦੋਂ ਵਿਰੋਧ ਤੁਸੀਂ ਦਲੀਲ ਨਾਲ ਕਰਦੇ ਹੋ ਤੁਹਾਡੇ ਕੋਲ ਪੱਖ ਹੈ ਤੁਹਾਡੇ ਕੋਲ ਪੈਨੂ ਹੈ ਤੁਸੀਂ ਇਹੀ ਵਿਰੋਧ ਮੈਨੂੰ ਯਾਦ ਹੈ ਕਿ ਜਦੋਂ ਉਹ ਇਕੱਠ ਹੋਇਆ ਪੰਜਾਬੀ ਮਾਂ ਬੋਲੀ ਦੇ ਵਾਰਸਾਂ ਦਾ ਤੁਸੀਂ ਸਟੇਜ ਤੋਂ ਕੀਤਾ ਗੁਰਦਾਸ ਮਾਨ ਦੇ ਮਾਮਲੇ ਦੇ ਵਿੱਚ ਜੋ ਉਸ ਨਿਗਾਲ ਕੱਢੀ ਮੈਂ ਚਾਹਾਂਗਾ ਪ੍ਰੋਗਰਾਮ ਸਮੇਟਣ ਤੋਂ ਪਹਿਲਾਂ ਉਹ ਜ਼ਰੂਰ ਸਾਂਝੀ ਕਰੋ ਜੀ ਜੀ ਜੋ ਮੌਜੂਦਾ ਹਾਲਾਤ ਚੱਲ ਰਿਹਾ ਪੰਜਾਬ ਦਾ ਖਾਸ ਕਰਕੇ ਚਾਹੇ ਉਹ ਲੈਂਦਾ ਹੈ ਚਾਹੇ ਚੜ੍ਹਦਾ ਹੈ ਜਾਂ ਲੈਂਦਾ ਹੈ ਆ ਉੱਥੇ ਉਰਦੂ ਦਾ ਜ਼ੋਰ ਹੋ ਰਿਹਾ ਉੱਥੇ ਹਿੰਦੀ ਦਾ ਜ਼ੋਰ ਹੋ ਰਿਹਾ ਸੋ ਆਪਾਂ ਕਿਉਂਕਿ ਉਸ ਖੇਤਰ ਚ ਆਏ ਆ ਆਪ ਆਪਣੀ ਗੱਲ ਕਰਾਂਗੇ ਇਸ ਵਕਤ ਅ ਉਹ ਉਹ ਜ਼ਿਕਰ ਮੈਂ ਇਹ ਕੀਤਾ ਸੀਗਾ ਕਿ ਵੈਸੇ ਪਛਾਵਾਂ ਸਾਰੀਆਂ ਸਿੱਖਣੀਆਂ ਚਾਹੀਦੀਆਂ ਸਾਰੀਆਂ ਸਿੱਖੋ ਤੁਸੀਂ ਪਰ ਜੇ ਤੁਹਾਨੂੰ ਇਹ ਲੱਗੇ ਕਿ ਕੋਈ ਭਾਸ਼ਾ ਉਹ 마ਸੀ ਦੀ ਬਜਾਏ ਸੌਂਕਣ ਵੜ ਕੇ ਤੁਹਾਡੇ ਘਰ ਆ ਰਹੀ ਆ ਫਿਰ ਫਿਰ ਤੁਹਾਨੂੰ ਰੋਕੇ ਸੋਚਣਾ ਪੈਣਾ ਕਿ ਇਹ ਭਾਸ਼ਾ ਨੂੰ ਅਸੀਂ ਅਪਣਾਈਏ ਕਿ ਨਾ ਅਪਣਾਈਏ ਇੱਕ ਹਵਾ ਉੱਥੋਂ ਚੱਲ ਰਹੀ ਆ ਜਿਹੜੀ ਵਨ ਨੇਸ਼ਨ ਵਨ ਪਾਰਟੀ ਵਨ ਰਿਲੀਜੀਅਨ ਸਾਰਾ ਕੁਝ ਵਨ ਉਹ ਉਹ ਕੋਈ ਇਸ਼ਾਰੇ ਦੇ ਤੌਰ ਤੇ ਨਹੀਂ ਕਹਿ ਰਹੇ ਪਾਰਲੀਮੈਂਟ 'ਚ ਨਕਸ਼ਾ ਲੱਗਾ ਹੋਇਆ ਸਾਊਥ ਏਸ਼ੀਆ ਦਾ ਨਕਸ਼ਾ ਲੱਗਾ ਹੋਇਆ ਹਮਮ ਔਰ ਉਹ ਬੜੀ ਖੁੱਲ ਕੇ ਗੱਲ ਕਰ ਰਿਹਾ ਔਰ ਐਸੀ ਮੈਂ ਆਪਣੇ ਵੱਲੋਂ ਉਹਨੂੰ ਮੁਬਾਰਕਵਾਦ ਦਿੰਨਾ ਜੇ ਇਹਨਾਂ ਦਾ ਉਹਨਾਂ ਦਾ ਇਹ ਸੁਪਨਾ ਹੈ ਹਰੇਕ ਦਾ ਆਪਣਾ ਆਪਣਾ ਘਰ ਬਣਾਉਣ ਦਾ ਸੁਪਨਾ ਹੁੰਦਾ ਹੈ ਉਹਦੇ 'ਚ ਕੋਈ ਦੋਰਾਵਾ ਨਹੀਂ ਪਰ ਦਿੱਕਤ ਇੱਥੇ ਆਉਂਦੀ ਆ ਕਿ ਜਦੋਂ ਹੋ ਸਕਦਾ ਔਰ ਇਹ ਐਕਚੁਅਲੀ ਕੋੜਾ ਸੱਚ ਵੀ ਹੈ ਕਿ ਆਪਾਂ ਬੋਲਣ ਲੱਗੇ ਕਈ ਵਾਰੀ ਗਾਲਾਂ ਕੱਢ ਜਾਂਦੇ ਆ ਪਰ ਜੇ ਗਾਲਾਂ ਹੁਣ ਆਪਾਂ ਕਲਚਰਲ ਤੇ ਰਿਲੀਜੀਅਸ ਸਾਵਾ ਤੋਂ ਕੱਢਣ ਲੱਪੇ ਫਿਰ ਇਹ ਕਿੱਥੇ ਜਾ ਕੇ ਗੱਲ ਰੁਕੇਗੀ ਅ ਸੋ ਦੋ ਮਾਫੀਆਂ ਦੀ ਉਮੀਦ ਰੱਖ ਰਹੇ ਆ ਇੱਕ ਮਾਫੀ ਪੰਜਾਬੀਆਂ ਤੋਂ ਹੋਏਗੀ ਇੱਕ ਉਹ ਸਿੱਖਾਂ ਕੋਲੋਂ ਮੰਗਣਗੇ ਹਮ ਔਰ ਮੇਰੀ ਬੇਨਤੀ ਆ ਕਿਉਂਕਿ ਉਹ ਵੱਡੇ ਨੇ ਗੁਰਦਸਤਾਨ ਹੁਣੀ ਸਾਡੇ ਨਾਲੋਂ ਜੇ ਕਿਤੇ ਅਨ ਕੰਡੀਸ਼ਨਲ ਜੀ ਮਾਫੀ ਮੰਗ ਲੈਣ ਕਿਉਂਕਿ ਜਿੱਥੇ ਨਾ ਮਾਫੀ 'ਚ ਵੱਟ ਆ ਜਾਂਦੀ ਆ ਬਾਅਦ 'ਚ ਇੱਕ ਤਾਂ ਹੁੰਦਾ ਆਈ ਐਮ ਸੌਰੀ ਪੀਰੀਅਡ ਤੇ ਜੇ ਉਹ ਆ ਵੀ ਮੈਂ ਕਾਤੇ ਕੀਤਾ ਫਿਰ ਉਹ ਮਾਫੀ ਨਹੀਂ ਹੁੰਦੀ ਉਹ ਸੋ ਸਪਸ਼ਟ ਸਭ ਜਾਂ ਚ ਹੋਵੇ ਔਰ ਜਿਹੜੇ ਪ੍ਰਮੋਟਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਔਰ ਮੈਂ ਹੁਣ ਮੈਂ ਇੱਕ ਸਿੱਖ ਕੰਟੈਕਸਟ ਤੋਂ ਗੱਲ ਕਰਨ ਲੱਗਾ ਕਿ ਪੰਥ ਦਾ ਮੇਣਾ ਨਹੀਂ ਲਈਦਾ ਕਦੀ ਵੀ ਹੂੰ ਇਹ ਸਦੀਆਂ ਨਾਲ ਸਾਡੇ ਛੋਟੇ ਵੀਰ ਨੇ ਕਿਹਾ ਜਿਹੜਾ ਕਿਸਾਨੀ ਮੋਰਚੇ ਸੀਗਾ ਹੁਣ ਆਪਣੇ ਚ ਨਹੀਂ ਹੈ ਉਹ ਕਹਿੰਦਾ ਪੰਥ ਦਾ ਮੇਣਾ ਨਹੀਂ ਲਈਦਾ ਹੂੰ ਫਿਰ ਇੱਕ ਵੈਸੇ ਹੀ ਮੈਂ ਸੰਕੇਤਕ ਤੌਰ ਤੇ ਗੱਲ ਕਰਨ ਲੱਗਾ ਕਿ ਉਹਨੂੰ ਇਦਾਂ ਨਾ ਸਮਝਿਓ ਕਿਸੇ ਵੀ ਤਰ੍ਹਾਂ ਕੋਈ ਲੜਾਈ ਵਾਲੀ ਗੱਲ ਹੈ ਉਹ ਕਹਿੰਦਾ ਵੀ ਬਿੱਲੀ ਦੁੱਧ ਪੀ ਜਵੇ ਕੋਈ ਮਾੜਾ ਨਹੀਂ ਜਦੋਂ ਬਨੇਰੇ ਤੇ ਖੜ ਕੇ ਮੁੱਛਾਂ ਜੀਆਂ ਮਰੋੜਦੀ ਉਹ ਨਹੀਂ ਸਾਨੀ ਚੰਗਾ ਲੱਗਦਾ ਬਸ ਇੰਨੀਆਂ ਬੇਤਿਆ ਨੇ ਧੰਨਵਾਦ ਜੀ ਧੰਨਵਾਦ ਇਹ ਹੀ ਗੱਲ ਲੈਂਦੇ ਪੰਜਾਬ ਦੇ ਇੱਕ ਦਰਜਨ ਦੇ ਕਰੀਬ ਸੰਸਥਾਵਾਂ ਨੇ ਕਹੀ ਹੈ ਕਿ ਸੱਚ ਇਹ ਹੈ ਕਿ ਇਹ ਗੱਲ ਨੂੰ ਮੰਨਿਆ ਜਾਏ ਕਿ ਜਿਹੜਾ ਤੁਹਾਨੂੰ ਖੁੱਲੇ ਤੌਰ ਤੇ ਚੈਲੰਜ ਦੇ ਕੇ ਮੁੱਛ ਮਰੋੜ ਕੇ ਗੱਲ ਕਰਦਾ ਤੁਹਾਡੇ ਸਾਹਮਣੇ ਤੁਸੀਂ ਪ੍ਰਵਾਣ ਨਹੀਂ ਇਹ ਗੱਲ ਇੱਕ ਦੋਸਤ ਨੇ ਕਹੀ ਕਹਿੰਦਾ ਅਸੀਂ ਕਿਸੇ ਫੰਕਸ਼ਨ 'ਚ ਬੈਠੇ ਸੀ ਲੈਂਦੇ ਪੰਜਾਬ ਦਾ ਬੰਦਾ ਨਾਲ ਉਹਦਾ ਮੁੰਡਾ ਤੇ ਪੰਜਾਬੀ ਨੇ ਕਿਤੇ ਮੁੱਛਾਂ ਨੂੰ ਵਟ ਦੇ ਰਿਆ ਸੀ ਉਹ ਕਹਿੰਦਾ ਵੀ ਆਹ ਕੀ ਕਰ ਰਿਆ ਮੁੱਛਾਂ ਨੂੰ ਵਟ ਕੰਦੇ ਰਿਆ ਕਹਿੰਦਾ ਗੱਲ ਸੁਣ ਕਦੇ ਵੀ ਕਿਸੇ ਦੀ ਅਣਖ ਦੇ ਬਾਰੇ ਨਹੀਂ ਗੱਲ ਕਰਨੀ ਚੁੱਪ ਕਰ ਜਾ ਇਹਦੇ ਪਿੱਛੇ ਤਾਂ ਬਹੁਤ ਕੁਝ ਹੋ ਜਾਂਦਾ ਸੋ ਜਿਹੜੇ ਗੱਲ ਮੰਨਦੇ ਆ ਉਹ ਗੱਲ ਠੀਕ ਹੈ ਜਿਹੜੇ ਕਹਿੰਦੇ ਜੀ ਉਹ ਨਹੀਂ ਗੱਲ ਖੱਡੀ ਉਹਨੇ ਕੱਟਤੀ ਇਹ ਜਿਹੜਾ ਨਿਊਟਰਲਾਈਜ਼ ਕਰਨ ਵਾਲਾ ਨਾ ਬਹੁਤ ਕਰ ਲਿਆ ਬਹੁਤ ਕਰ ਲਿਆ ਹੁਣ ਉਹ ਝੂਠ ਨਹੀਂ ਚੱਲਣਾ ਹੁਣ ਜਨਤਕ ਤੌਰ ਤੇ ਲੋਕਾਂ ਦੀ ਕਚੈਰੀ 'ਚ ਆ ਪੈਸੇ ਦੇ ਕੇ ਕੋਈ ਸ਼ੋਅ ਕਰਾ ਲੈਂਦਾ ਜੋ ਮਰਜ਼ੀ ਹੈ ਪਰ ਜਿਹੜਾ ਪੰਥ ਦਾ ਮੇਹਣਾ ਲੋਕਾਂ ਦਾ ਮੇਹਣਾ ਮਾਂ ਬੋਲੀ ਪੰਜਾਬੀ ਦਾ ਮੇਹਣਾ ਨਾ ਇਹ ਉਹ ਹਾਲ ਕਰੇਗਾ ਕਿ ਭਾਈ ਨਾ ਤੂੰ ਘਰ ਦਾ ਰਹੇਗਾ ਤੇ ਨਾ ਤੂੰ ਘਾਟ ਦਾ ਰਹੇਗਾ ਤੁਹਾਡਾ ਸਾਰਿਆਂ ਦਾ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ